ਗੁੱਡ ਮੋਰਨਿੰਗ। ਅੱਜ ਚੰਡੀਗੜ੍ਹ 'ਚ ਤੇਰੀ ਮੇਰੀ ਹੇਰਾ ਫੇਰੀਆਂ ਪੰਜਾਬੀ ਫਿਲਮ ਦੀ ਸਟਾਰ ਕਾਸਟ ਆ ਰਹੀ ਹੈ, ਜਿਹੜੀ 21 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ। ਥੋੜ੍ਹੀ ਦੇਰ 'ਚ ਹੀ ਸਟਾਰ ਕਾਸਟ ਪਹੁੰਚ ਰਹੀ ਹੈ। ਬਹੁਤ ਬਿਗ ਥੈਂਕਸ ਟੂ ਸਰ ਯੋਗਰਾਜ ਜੀ ਅਤੇ ਅਨੀਤਾ ਮੈਮ, ਵਿੱਕੀ ਭਾਅ ਜੀ, ਸਾਡੇ ਸਰਬਜੀਤ ਭਾਅ ਜੀ, ਅਮਨ ਭਾਅ ਜੀ। ਸੋ ਇਹ ਫਿਲਮ ਮੇਰੇ ਦਿਲ ਦੇ ਤਾਂ ਬਹੁਤ ਕਰੀਬ ਹੈ ਜੀ, ਕਿਉਂਕਿ ਜਿਹੜੀ ਲੀਡ ਫਿਲਮ ਸੀਗੀ ਮੇਰੀ, ਇਹ ਸਭ ਤੋਂ ਪਹਿਲੀ ਫਿਲਮ ਸੀਗੀ ਇਹ। ਸੋ ਹੈਗੀ ਹੈ ਉਹ ਜ਼ਰੂਰ ਅਸੀਂ ਟਰਾਈ ਕਰਾਂਗੇ ਕਿ ਨੈਕਸਟ ਪ੍ਰਮੋਸ਼ਨ ਦੇ ਉੱਤੇ ਜ਼ਰੂਰ ਉਹਨਾਂ ਨੂੰ ਲਿਆਈਏ। ਉਹ ਥੋੜ੍ਹਾ ਜਿਹਾ ਬੈੱਡ ਰੈਸਟ ਕਰਕੇ ਹੁਣ ਰੈਸਟ ਚੱਲ ਰਿਹਾ ਉਹਨਾਂ ਦਾ। ਸੋ ਫਿਲਮ ਦੀ ਗੱਲ ਕਰੀਏ ਜੀ, ਇਹ ਫਿਲਮ ਇੱਕ ਰੋਮੈਂਟਿਕ ਕਾਮੇਡੀ ਜੋਨਰ ਦੀ ਫਿਲਮ ਹੈ, ਅਤੇ ਉੱਥੇ ਅਸੀਂ ਸੋਚਿਆ ਕਿ ਕਿਉਂ ਨਾ ਇਹਦੇ ਉੱਤੇ ਕੋਈ ਪ੍ਰੋਜੈਕਟ ਤਿਆਰ ਕੀਤਾ ਜਾਵੇ। ਐਂਡ ਆਈ ਐਮ ਸੋ ਗਲੈਡ ਕਿ ਉਹਦੇ ਬਾਅਦ ਚੋ ਯੂ ਨੋ ਸਰਬਜੀਤ ਭਾਅ ਜੀ ਐਂਡ ਸ਼ੀਨੂ ਭਾਅ ਜੀ ਦੇ ਗੋਟ ਇਨਵੋਲਵ ਯਾ ਗੋਟ ਅਦਰ 3 ਪ੍ਰੋਡਿਊਸਰ ਜੋ ਇਨਵੋਲਵ ਹੋਏ, ਇਹਨਾਂ ਦਾ ਬੜਾ ਕ੍ਰੀਏਟਿਵ ਇਨਪੁੱਟ ਰਿਹਾ, ਕਿਉਂਕਿ ਮੈਂ ਇਹਨਾਂ ਨੂੰ ਦੱਸਦਾ ਸੀ ਕਿ ਇਹ ਸਟੋਰੀ ਸ਼ੂਟ ਕਰਨੀ ਹੈ, ਅਤੇ ਉਹਦੇ ਬਾਅਦ ਚੋ ਅਸੀਂ ਬਹਿ ਕੇ ਉਸ ਮਤਲਬ ਸਟੋਰੀ ਦੇ ਬਾਰੇ 'ਚ ਸੋਚਦੇ ਰਹਿੰਦੇ ਸੀ। ਸੋ ਇਫ ਆਈ ਸੇ ਕਿ ਉਹਦੇ ਉੱਤੇ ਲਿਖਿਆ ਹੁੰਦਾ ਕਿ ਸਟੋਰੀ ਔਰ ਫਿਲਮ ਬਾਏ ਕੀ ਐਮ ਕੇ, ਉਹ ਇਸ ਕਰਕੇ ਕਿਉਂਕਿ ਉਹ ਇੱਕ ਤਰ੍ਹਾਂ ਦਾ ਪ੍ਰੋਜੈਕਟ ਮੈਂ ਮੈਨੇਜ ਕਰ ਰਿਹਾ ਹਾਂ, ਬਟ ਐਕਚੁਲੀ ਫਿਲਮ ਬਾਏ ਹੋਲ ਦਿਸ ਟੀਮ ਜਿਨ੍ਹਾਂ ਨੇ ਉਹਦੇ ਅੰਦਰ ਬਹੁਤ ਸਾਰੇ ਕ੍ਰੀਏਟਿਵ। ਕੀ ਬਾਤ ਹੈ, ਥੈਂਕ ਯੂ ਸੋ ਮਚ ਸਰ। ਇਹ ਕਹਿ ਸਕਦੇ ਹਾਂ ਕਿ ਸੱਚੀ ਘਟਨਾਵਾਂ ਤੇ ਆਧਾਰਿਤ ਹੈ ਫਿਲਮ? ਇਟ ਇਜ਼ ਡੈਫੀਨਿਟਲੀ, ਆਈ ਮੀਨ ਡਿਸਕਲੇਮਰ ਇਜ਼ ਦੇਅਰ, ਬਟ ਤੁਸੀਂ ਦੇਖ ਸਕਦੇ ਹੋ ਕਿ ਹਾਂ ਯਾਰ ਇਦਾਂ ਦਾ ਹੁੰਦਾ ਰਹਿੰਦਾ ਹੈ ਸਾਡੀ ਚੀਜ਼। ਯੋਗਾ ਸਰ ਸਾਡੇ ਨਾਲ ਮੌਜੂਦ ਹੈ, ਅਤੇ ਸਰ ਜਿਵੇਂ ਕਿ UK ਦੀ ਗੱਲਬਾਤ, ਅਸੀਂ ਟ੍ਰੇਲਰ ਵੀ ਦੇਖਿਆ ਫਿਲਮ ਦਾ, ਜਿਹੜਾ ਵਿਆਹ ਦਾ ਇੱਕ ਜ਼ਰੀਆ ਬਣਿਆ ਹੋਇਆ ਬਾਹਰ ਪਹੁੰਚਣ ਦਾ, ਹੈ ਨਾ, ਕਿ ਸਪਾਊਸ ਵੀਜ਼ਾ ਲਗਾ ਕੇ ਬਾਹਰ ਪਹੁੰਚ ਜਾਏਗਾ, ਜਾਂ ਬਾਹਰ ਜਾਣ ਦਾ ਚਸਕਾ ਬੜਾ ਹੈ ਅੱਜ ਦੇ ਲੋਕ ਯੂਥ ਨੂੰ ਹੈਗਾ, ਹਜੇ ਵੀ ਹੈਗਾ, ਭਾਵੇਂ ਉੱਥੇ ਪਤਾ ਕਿ ਕੰਮ ਹੈ ਕਿ ਨਹੀਂ ਹੈ, ਲੇਕਿਨ ਤਾਂ ਵੀ ਚਸਕਾ ਬਹੁਤ ਪੁਰਾਣਾ ਹੈ, ਚਸਕਾ ਬਹੁਤ ਪੁਰਾਣਾ ਹੈਗਾ। ਏਅਰਪੋਰਟ ਹੁੰਦਾ ਸੀ, ਮੈਂ ਉੱਥੇ ਦੇਖੀਆਂ ਸਾਡੀਆਂ ਬੀਬੀਆਂ, ਬਜ਼ੁਰਗਣੀਆਂ, ਬਜ਼ੁਰਗ ਚਰਖੇ ਚੱਕੇ, ਗਠੜੀਆਂ ਚੱਕੀਆਂ, ਮੈਂ ਕਿਹਾ ਵੀ ਕਿੱਧਰ ਚੱਲੇ, ਅਸੀਂ ਇੰਗਲੈਂਡ ਨੂੰ ਚੱਲੀਏ ਆ, ਅਸੀਂ ਇੰਗਲੈਂਡ ਚੱਲੇ। ਮੈਂ ਚਾਚਾ ਆਪਾਂ ਇੰਗਲੈਂਡ ਬਾਪੂ ਕੀ ਕਰਨਾ ਜਾ ਕੇ, ਨਹੀਂ ਉੱਥੇ ਜਾਵਾਂਗੇ, ਇੱਥੇ ਵੀ ਕੀ ਰੱਖਿਆ, ਕਿ ਅੱਜ ਤੋਂ 50 ਸਾਲ 70 ਸਾਲ 100 ਸਾਲ ਪਹਿਲਾਂ ਦੀ ਗੱਲ ਹੈ। ਮੈਂ ਉੱਥੇ ਫੈਮਿਲੀ ਨੂੰ ਮਿਲਿਆ UK ਦੇ ਵਿੱਚ, ਜਿਹੜੇ ਗਏ ਸੀ ਬੱਕਰੀਆਂ ਚਾਰਦੇ, ਅਤੇ ਕਹਿੰਦੇ ਜੀ ਅਸੀਂ ਤਾਂ ਤੂੰ ਯਾਰ ਪਾਸੇ ਹੋ ਕੇ ਬੈਠ ਮਾੜਾ ਜਾ, ਅਸੀਂ ਅਮੀਰ ਬੰਦੇ, ਤੂੰ ਯਾਰ ਚਾਦਰਾ ਕੁੜਤਾ ਪਾਇਆ, ਇੱਦਾਂ ਦੇ ਹਾਲਾਤ ਹੈਗੇ ਉੱਥੇ। ਲੇਕਿਨ ਕ੍ਰੀਏਟ ਆਪਾਂ ਕੀਤੇ ਕਿਸੇ ਨਹੀਂ ਕੀਤੇ, ਹਰ ਬੰਦਾ ਚਾਹੁੰਦਾ ਤੁਹਾਡੇ ਜੋ ਵੀ ਸਾਰੇ ਜੇ ਬੈਠੇ ਹੋ ਸੱਚ ਬੋਲਣ ਦੀ ਆਦਤ ਬੜੀ ਹੈ ਭਾਈ, ਕਿਹਨੂੰ ਬੁਰਾ ਬੱਚੇ ਨਾ ਮਾਫ਼ ਕਰ ਦਿਓ, ਕਿਹੜਾ ਬੰਦਾ ਜਿਹੜੇ ਦੀ ਤਾਂ ਬੱਚੇ ਬਾਹਰ ਨਹੀਂ ਪੜ੍ਹਦੇ, ਕਿਹੜਾ ਐਕਟਰ ਹੈ, ਕਿਹੜਾ ਡਾਇਰੈਕਟਰ ਹੈ, ਕਿਹੜਾ ਐਸਾ ਬੰਦਾ ਜਿਹੜਾ ਆਪਣੇ ਬੱਚੇ ਬਾਹਰ ਨਹੀਂ ਪੜ੍ਹਾਉਂਦਾ, ਅਤੇ ਇੱਥੇ ਆਪਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ। ਮੇਰੇ ਨਿਆਣੇ ਦੂਜੇ ਵਿਆਹ 'ਚੋਂ, ਵਿਕਟਰ ਅਤੇ ਮੇਰੀ ਬੇਟੀ ਐਮੀ, ਅਮੈਰੀਕਾ ਜੰਮੇ, ਅਮੈਰੀਕਾ ਪੜ੍ਹੇ, ਅਤੇ ਇੱਥੇ ਕਹਿੰਦੇ ਇੱਥੇ ਬਾਪੂ ਕੋਲ ਚੱਲੇ, ਮੈਂ ਤੁਹਾਨੂੰ ਕੀ ਹੋਇਆ, ਕਹਿੰਦੇ ਨਹੀਂ ਸਾਨੂੰ ਬਾਪੂ ਦੀ ਖੁਸ਼ਬੂ ਲੈਣੀ ਹੈ, ਗੋਦ ਲੈਣੀ ਹੈ। ਉਹ ਬੱਚੇ ਮੇਰੇ ਕੋਲ ਰਹਿੰਦੇ, ਜ਼ੋਰ ਲਾ ਲਿਆ, ਉੱਥੇ ਬਿਜ਼ਨਸ, ਪੈਸਾ, ਸਾਰਾ ਕੁਝ, ਗੱਡੀਆਂ, ਕੋਠੀਆਂ, ਇਹ ਛੱਡ ਕੇ ਆਏ, ਕਹਿੰਦੇ ਤਾਂ ਆਪਣੇ ਪਿਓ ਕੋਲ ਚੱਲੇ ਆ, ਜੇ ਅਸੀਂ ਬੁੱਢੇ ਵੇਲੇ ਆਪਦਾ ਪਿਓ ਛੱਡਤਾ ਤਾਂ ਲੋਕ ਸਾਨੂੰ ਕਹਿਣਗੇ ਲੱਖ ਲਾਣਾ ਤੁਹਾਡੀ ਜ਼ਿੰਦਗੀ 'ਤੇ, ਮੇਰੀ ਵਾਈਫ ਵੀ ਆ ਗਈ। ਸੋ ਮੈਂ ਜਿਹੜਾ ਸਵਾਲ ਤੁਸੀਂ ਕੀਤਾ ਬੜਾ ਸੀਰੀਅਸ ਹੈ, ਅੱਜ ਪੰਜਾਬ ਦੇ ਹਾਲਾਤ ਜਾਂ ਇਸ ਦੇਸ਼ ਦੇ ਹਾਲਾਤ, ਗੱਲ ਉੱਥੇ ਆ ਜਾਣੀ ਹੈ
ਇਸ ਕਰਕੇ ਇੱਦਾਂ ਦੇ ਹੋਏ ਆ ਕਿਉਂਕਿ ਸਾਰੇ ਸਾਰੇ ਬਾਹਰ ਨੇ। ਯਾਦ ਰੱਖਿਓ, ਮੈਂ ਆਪਣੇ ਪਿੰਡ ਗਿਆ ਕਨੇਚ ਦੁਰਾਏ ਦੇ ਕੋਲ, ਮੇਰੇ ਨਾਲ ਚੱਲਿਓ ਜੇ ਸਾਰੇ, ਵੱਡੀਆਂ ਵੱਡੀਆਂ ਕੋਠੀਆਂ ਸਰਦਾਰਾਂ ਦੀਆਂ, ਜ਼ਮੀਨਾਂ 300 ਏਕੜ 400 ਏਕੜ, ਉਹ ਥੜੇ ਜਿੱਥੇ ਕਿਤੇ ਬਜ਼ੁਰਗ ਸੌਂਦੇ ਹੁੰਦੇ ਸੀ, ਉਹ ਵੰਸ਼ ਹੈ ਜੀ ਭਾਈ ਜੋਗਾ ਸਿੰਘ ਦਾ, ਜਿਹਦੀ ਮੈਂ ਨੌਵੀਂ ਪੁਸ਼ਤਾਂ, ਉੱਥੇ ਕਬੂਤਰਾਂ ਨੇ ਆਲਣੇ ਪਾਏ ਹੋਏ ਆ, ਚਮਗਿੱਦੜਾਂ ਰਹਿੰਦੀਆਂ ਨੇ, ਮੈਂ ਉਹ ਮੜੀਆਂ ਜਿੱਥੇ ਮੇਰੇ ਵੱਡ ਵਢੇਰਿਆਂ ਦੀਆਂ ਮੜੀਆਂ ਵੇਰਵੇ ਦੇ ਨਾਲ ਸ਼ੇਰ ਸ਼ਾਹ ਸੂਰ ਦੀ ਉੱਥੇ ਬਣੀ ਹੋਈ ਆ ਬਾਉੜੀ, ਬਾਉੜੀ ਸਮਝਦਾ ਜੇ ਪਾਣੀ ਹੁੰਦਾ ਘੋੜੇ ਪਾਣੀ ਪੀਂਦੇ ਹੁੰਦੇ, ਉਹ ਮੈਂ ਦੇਖਦਾ ਉੱਥੇ ਬੈਠ ਕੇ ਹਰ ਸਾਲ 10 ਵਾਰੀ ਜਾਂਦਾ 10 ਵਾਰੀ ਰੋਂਦਾ, ਬਈ ਇੱਥੇ ਮੇਰਾ ਬਾਪੂ ਸੀ, ਇੱਥੇ ਮੇਰਾ ਦਾਦਾ ਸੀ, ਇੱਥੇ ਆ ਸੀ, ਉੱਥੇ ਕੌਣ ਰਹੇ, ਮੈਂ ਨਾਮ ਹੀ ਲੈਣਾ ਚਾਹੁੰਦਾ, ਜੇ ਮੈਂ ਬੋਲਿਆ ਤਾਂ ਤੁਸੀਂ ਮਿੰਟੋ ਮਿੰਟੀ ਕੱਲ੍ਹ ਨੋਟਿਸ ਆ ਜਾਣਾ, ਕੌਣ ਰਹਿ ਰਹੇ ਤੁਸੀਂ ਵੀ ਜਾਣੋਗੇ, ਕੀ ਉੱਥੇ ਹੋ ਰਿਹਾ ਇਹ ਵੀ ਤੁਸੀਂ ਜਾਣੋਗੇ, ਤੁਸੀਂ ਦੇਖਿਆ ਮੇਰੀ ਰੂਹ ਕੰਬਦੀ ਹੈ, ਤੇ ਮੇਰੇ ਨਾਲ ਦੇ ਵੱਡ ਵੱਡੇ ਚਾਚੇ ਤਾਇਆਂ ਦੇ ਮੁੰਡੇ ਕਰੋੜਪਤੀ ਅਰਬਪਤੀ ਹਵੇਲੀਆਂ ਵਾਲੇ ਜ਼ਮੀਨਾਂ ਵਾਲੇ ਅੱਜ ਵੀ ਚੀਜ਼ਾਂ ਪਈਆਂ ਨੇ, ਲੋਕੀ ਬਾਹਰ ਆਏ ਨੇ ਤੇ ਆਪ ਉੱਥੇ ਟੈਕਸੀਆਂ ਚਲਾਉਂਦੇ ਆ, ਰੈਸਟੋਰੈਂਟ 'ਚ ਕੰਮ ਕਰਦੇ ਆ, ਅੱਜ ਬੱਚਿਆਂ ਦਾ ਵੀ ਉਹੀ ਹਾਲ ਹੈ, ਤੁਹਾਨੂੰ ਪਤਾ ਕੈਨੇਡਾ 'ਚ ਕੀ ਹੋ ਰਿਹਾ, ਅਮਰੀਕਾ 'ਚ ਕੀ ਹੋ ਰਿਹਾ, ਜਿਸ ਬੰਦੇ ਨੇ ਆਪਣਾ ਘਰ ਛੱਡਦਾ, ਜਿਸ ਬੰਦੇ ਨੇ ਆਪਣੀ ਜੜ ਛੱਡਦੀ, ਉਹਦਾ ਵੰਸ਼ ਉਹਦਾ ਪਰਿਵਾਰ ਉਹਦੀ ਹੌਦ ਮੁੱਕ ਜਾਂਦੀ ਹੁੰਦੀ ਹੈ, ਉਹ ਨਸਲ ਮੁੱਕ ਜਾਂਦੀ ਹੁੰਦੀ ਹੈ, ਤੇ ਅੱਜ ਪੰਜਾਬ ਦਾ ਹਾਲ ਮੈਂ ਹੋਕਾ 'ਤੇ ਗਿਆ ਸੀ, ਓਏ ਆਪਣੀਆਂ ਜ਼ਮੀਨਾਂ ਨਾ ਵੇਚ ਕੇ ਬੱਚਿਆਂ ਦੇ ਕੋਲ ਜਾਓ, ਵੱਡੀਆਂ ਵੱਡੀਆਂ ਟੌਹਰਾਂ ਆਪਾਂ ਮਾਰਦੇ ਹਾਂ ਨਾ, ਉੱਥੇ ਜਾ ਕੇ ਹੈ ਕੱਖ ਨਹੀਂ, ਫੋਕਾ ਸਾਰਾ ਕੁਛ ਮੈਂ ਦੇਖਿਆ, ਮੈਨੂੰ PR ਮਿਲਦੀ ਕੈਨੇਡਾ ਦੀ, ਆਸਟ੍ਰੇਲੀਆ ਦੀ, ਅਮਰੀਕਾ ਦੀ, ਤੁਸੀਂ ਆ ਲਓ ਭਾਅ ਜੀ ਕ੍ਰਿਕਟ ਖਿਲਾਓ, ਇੱਥੇ ਤੁਹਾਨੂੰ ਇੰਡਸਟਰੀ 150 ਏਕੜ ਜ਼ਮੀਨ ਤਾਂ ਉੱਥੇ ਆਸਟ੍ਰੇਲੀਆ 'ਚ ਮੈਨੂੰ ਦਿਲ ਨੂੰ ਤਿਆਰ ਸੀ, ਬਣਾ ਦੇਣੇ ਸਰਕਾਰ, ਕਹਿੰਦੀ ਮੈਂ ਗੰਨਾ ਆਪਦੀ ਝੁੱਗੀ ਛੱਡ ਕੇ ਨਹੀਂ ਆਉਣਾ ਭਾਈ, ਆਪਣਾ ਆਪਣਾ ਦੇਸ਼ ਅਤੇ ਆਪਣਾ ਪੰਜਾਬ ਬਹੁਤ ਗਿਆ। ਫਲੋ ਚੱਲਦਾ ਫਿਲਮ ਦਾ ਉਹ ਬਹੁਤ ਹੀ ਕਮਾਲ ਹੈ, ਅਤੇ ਆਈ ਐਮ ਸ਼ੋਰ ਕਿ ਸਾਰੇ ਜਣੇ ਤੁਸੀਂ ਇੰਜੋਏ ਕਰੋਗੇ ਇਸ ਫਿਲਮ ਨੂੰ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਸੋ ਮੱਚ ਅਨੀਤਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਦੇਸ਼ ਦੀ ਜਿਹੜੀ ਇਹ UK ਵਾਲੀਆਂ ਫਿਲਮਾਂ ਹੈਗੀਆਂ, ਉਹ UK ਮੇਰੀ ਪਹਿਲੀ ਫਿਲਮ ਸੀਗੀ ਇਹ ਵਾਲੀ, ਅਤੇ ਮੈਨੂੰ ਐਕਸੈਂਟ ਵੀ ਨਹੀਂ ਸੀ ਪਤਾ ਉੱਥੇ ਕਿਸ ਤਰ੍ਹਾਂ ਹੁੰਦਾ, ਕਿਉਂਕਿ ਮੇਰੀ ਫਸਟ ਵਿਜ਼ਿਟ ਸੀ, ਐਂਡ ਮੈਨੂੰ ਇਹ ਵੀ ਨਹੀਂ ਸੀਗੀ ਕਿ ਲੁੱਕ ਕਿਵੇਂ ਕਰਨੀ ਆ, ਇਹ ਸਾਡੇ ਡਾਇਰੈਕਟਰ ਸਾਹਿਬ ਨੇ ਕਹਿੰਦੇ ਸੀਗੇ, ਅਤੇ ਇਹਨਾਂ ਨੂੰ ਲੱਗਾ ਸੀ ਕਿ ਚਲੋ ਆਹ ਵਾਲਾ ਐਕਸੈਂਟ ਰੱਖ ਲਈਏ, ਆਪਣੀ ਲੁੱਕ ਰੱਖ ਲਈਏ ਤਾਂ ਅੱਛੀ ਲੱਗੇਗੀ, ਅਤੇ ਇਹ ਸਾਰਾ ਕ੍ਰੈਡਿਟ ਤਾਂ ਵਿੱਕੀ ਜੀ ਨੂੰ ਜਾਂਦਾ ਜੀ, ਇਹਨਾਂ ਨੇ ਇੱਕ ਦਿੱਤੀ। ਹੁਣ ਤੁਸੀਂ ਐਕਸੈਂਟ ਸਿੱਖ ਲਿਆ ਹੋਣਾ ਅਤੇ ਬੋਲ ਕੇ ਵੀ ਦਿਖਾ ਦਿਓ। ਨਹੀਂ ਮੈਂ ਪੈਸੇ ਲੈਂਦੀ ਹਾਂ ਹਰ ਇੱਕ ਚੀਜ਼, ਇੱਦਾਂ ਤੂੰ ਤਾਂ ਮੈਨੂੰ ਸਾਰਿਆਂ ਦੇ ਸਾਹਮਣੇ ਬੇਇੱਜ਼ਤੀ ਕਰੀ ਜਾਂਦੀ ਹੈ। ਓਕੇ ਠੀਕ ਹੈ, ਥੈਂਕ ਯੂ ਸੋ ਮੱਚ ਮੈਮ, ਥੈਂਕ ਯੂ ਸੋ ਮੱਚ ਵਿੱਕੀ ਜੀ, ਤੁਹਾਡੀ ਬਹੁਤ ਜ਼ਿਆਦਾ ਤਾਰੀਫ ਹੋ ਰਹੀ ਹੈ। ਜਿਵੇਂ ਕਿ ਯੋਗਾ ਸਰ ਨੇ ਪਹਿਲੀ ਦੱਸਿਆ ਕਿ ਅਗਰ ਤੁਹਾਡੇ ਵਰਗੀ ਸੋਚ ਹੋਵੇ ਤੇ ਇਹ ਦੂਰ ਨਹੀਂ ਹੈਗਾ ਕਿ ਅਸੀਂ ਹਾਲੀਵੁੱਡ ਨੂੰ ਵੀ ਇੱਥੇ ਲਿਆਈਏ, ਰਾਈਟ? ਸੋ ਇਹ ਸੋਚ, ਇਹ ਵਿਜ਼ਨ ਕਿਵੇਂ ਆਇਆ ਤੁਹਾਡੇ ਦਿਮਾਗ 'ਚ, ਜਾਂ ਸਿੱਖਿਆ ਹੈ, ਜਾਂ ਦੇਖ ਦੇਖ ਕੇ ਸਿੱਖਿਆ ਹੈ, ਜਾਂ ਤੁਸੀਂ ਪੜ੍ਹਾਈ ਕੀਤੀ ਇਹਦੇ ਬਾਰੇ? ਆਫਕੋਰਸ ਪੁੱਛਣਾ ਚਾਹਾਂਗੇ, ਬਿਕੋਜ਼ ਇਹ ਵਿਜ਼ਨ ਡਾਇਰੈਕਟਰ ਦਾ ਹੀ ਹੁੰਦਾ ਜੋ ਸਕਰੀਨ ਪਲੇ 'ਤੇ ਦਿਖਦਾ ਹੁੰਦਾ ਹੈ, ਸਕ੍ਰਿਪਟ ਰਾਈਟਰ ਕਰ ਦਿੰਦਾ ਹੈ, ਲਿਖਦਾ ਵੀ ਹੈ, ਲੇਕਿਨ ਜੋ ਚੀਜ਼ ਉਹਨੂੰ ਚਾਹੀਦੀ ਹੈ ਅਗਰ ਉਹ ਸਕਰੀਨ 'ਤੇ ਨਾ ਦੇਖੇ ਤਾਂ ਉਸ ਫਿਲਮ ਦਾ ਵੀ ਕੋਈ ਮਜ਼ਾ ਨਹੀਂ ਹੈਗਾ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਥੈਂਕ ਯੂ ਸੋ ਮੱਚ ਈਚ ਐਂਡ ਐਵਰੀ ਵਨ ਆਫ ਯੂ ਕਮਿੰਗ ਹੇਅਰ। ਮੈਂ ਦੱਸਣਾ ਚਾਹਾਂਗਾ ਕਿ ਮੇਰੇ ਲਈ ਬੜੀ ਮਾਣ ਵਾਲੀ ਗੱਲ ਕਿ ਬਈ ਮੈਂ ਅੱਜ ਇੰਨੇ ਵੱਡੇ ਫਿਲਮਦਾਰਾਂ ਦੇ ਵਿੱਚ ਬੈਠਾ। ਓਬਵੀਅਸਲੀ ਮਿਸਿੰਗ ਜਸਵਿੰਦਰ ਭੱਲਾ ਜੀ ਸੋ ਮੱਚ, ਬਿਕਾਜ਼ ਤੁਸੀਂ ਜਿਹੜੀ ਗੱਲ ਕਹੀ ਕਿ ਮੇਰੇ ਕੋਲ ਸਿਰਫ ਇੱਕ ਸਟੋਰੀ ਸੀ, ਮੈਂ ਉਹਨੂੰ ਅੱਛੇ ਤਰੀਕੇ ਨਾਲ ਬਣਾਉਣਾ ਚਾਹੁੰਦਾ ਸੀ ਵਿਦ ਟੈਕਨੀਕਲ ਸਕਿੱਲਸ, ਬਟ ਅਗਰ ਸੱਚੀ ਦੱਸਾਂ ਤਾਂ ਸਿਮਰਿੰਦਰ ਮੈਮ ਨੇ ਕਿਹਾ ਐਂਡ ਆਈ ਐਮ ਸੋ ਆਨਰਡ, ਬਟ ਬਹੁਤ ਸਾਰੀ ਇਨਪੁੱਟ ਜਿਹੜੀ ਹੈਗੀ ਇਹਨਾਂ ਨੇ ਉਹ ਐਜ਼ ਅ ਡਾਇਰੈਕਟਰ ਮੈਂ ਨਹੀਂ ਨਿਭਾਈ, ਇਹਨਾਂ ਸਾਰਿਆਂ ਨੇ ਨਿਭਾਈ ਹੈ। ਇਨ ਟਰਮਸ ਆਫ ਕੈਰੈਕਟਰਸ ਮੈਂ ਸਿਰਫ ਇੱਕ ਸੋਚ ਲੈ ਕੇ ਆਇਆ ਸੀ, ਕਿਉਂਕਿ ਆਈ ਲਿਵ ਇਨ UK,
ਅਤੇ ਯੂਕੇ ਦੇ ਹਾਲਾਤਾਂ ਦੇ ਬਾਰੇ 'ਚ ਜਾਂ ਯੂਕੇ ਦੀ ਸਿਚੁਏਸ਼ਨ ਦੇ ਬਾਰੇ 'ਚ ਮੈਨੂੰ ਥੋੜ੍ਹੀ ਬਹੁਤ ਇਨਫੋਰਮੇਸ਼ਨ ਸੀਗੀ, ਅਤੇ ਮੈਂ ਉਹ ਇਹਨਾਂ ਦੇ ਨਾਲ ਸ਼ੇਅਰ ਕਰਦਾ ਸੀਗਾ, ਥੋੜ੍ਹੀ ਜਿਹੀ ਰੈਫਰੈਂਸ ਦਿੰਦਾ ਸੀਗਾ। ਬਟ ਐਜ਼ ਐਨ ਐਕਟਰ ਉਹਨੂੰ ਕ੍ਰੀਏਟ ਕਰਨਾ ਉਹ ਇੱਕ ਬਹੁਤ ਵੱਡਾ ਆਰਟਿਸਟਿਕ ਸਬਜੈਕਟ ਹੁੰਦਾ, ਕਿਉਂਕਿ ਉਹ ਕਰੈਕਟਰ ਨੂੰ ਬਣਨਾ, ਫਿਰ ਉਸ ਕਰੈਕਟਰ ਦੇ ਹਿਸਾਬ ਨਾਲ ਉਹਨੂੰ ਕੋਮਿਕਲ ਕ੍ਰੀਏਟ ਕਰਨਾ, ਸੈਡਨੈਸ ਦੇ ਵਿੱਚੋਂ ਵੀ ਕੋਮੇਡੀ ਕ੍ਰੀਏਟ ਕਰਨਾ, ਜਾਂ ਫਿਰ ਕੋਈ ਕਿਸੇ ਵਾਲੀ ਗੱਲ ਹੈ ਉਹਦੇ ਵਿੱਚੋਂ ਵੀ, ਉਹ ਬਹੁਤ ਮੁਸ਼ਕਿਲ ਚੀਜ਼ ਹੁੰਦੀ ਹੈ ਡਾਇਰੈਕਟਰ ਲਈ ਦੱਸਣਾ, ਉਹ ਇੱਕ ਐਕਟਰ ਹੀ ਕਰ ਸਕਦਾ ਹੈ, ਉਹਨੂੰ ਫਿਰ ਤੁਸੀਂ ਦੱਸ ਦਿੰਦੇ ਹੋ। ਸੋ ਇਹਦੇ ਅੰਦਰ ਟੂ ਬੀ ਵੈਰੀ ਓਨਸਟ, ਦਿਸ ਫਿਲਮ ਬੇਸਿਕਲੀ 2010 ਦੇ ਅੰਦਰ ਆਈ ਵਾਜ਼ ਸਟੱਡੀਇੰਗ ਇਨ ਯੂਨੀਵਰਸਿਟੀ ਆਫ ਬੋਲਟਨ, ਅਤੇ ਮੈਂ ਉੱਥੇ ਫਿਲਮ ਮੇਕਿੰਗ ਮਾਸਟਰ ਕਰ ਰਿਹਾ ਸੀ, ਫਿਲਮ ਮੇਕਿੰਗ ਦਾ ਕੋਰਸ ਕਰ ਰਿਹਾ ਸੀ, ਅਤੇ ਉੱਥੇ ਕੋਇਨਸੀਡੈਂਟਲੀ ਇੱਕ ਕੁੜੀ ਮੇਰੇ ਨਾਲ ਸੇਮ ਘਰ 'ਚ ਰਹਿੰਦੀ ਸੀ, ਅਤੇ ਉਹ ਅਤੇ ਉਹਦੇ ਹਸਬੈਂਡ ਦੋਨੋਂ ਬਹੁਤ ਵਧੀਆ ਮੇਰੇ ਫਰੈਂਡ ਬਣੇ ਹੋਏ ਸੀ। ਆਫਟਰ ਸਮ ਟਾਈਮ ਮੈਨੂੰ ਪਤਾ ਚੱਲਿਆ ਕਿ ਦੇਰ ਇਜ਼ ਸਮਥਿੰਗ, ਜੋ ਤੁਸੀਂ ਫਿਲਮ 'ਚ ਦੇਖੋਗੇ ਕਿ ਦੇ ਆਰ ਐਕਚੁਲੀ ਨੋਟ ਯੂ ਨੋ ਲਾਈਕ ਹਸਬੈਂਡ ਐਂਡ ਵਾਈਫ ਕਾਇੰਡ ਆਫ ਸਟੱਫ। ਸੋ ਉਹ ਉਸ ਵੇਲੇ ਉਹ ਵਿਜ਼ਨ ਸੀਗੀ, ਲੇਕਿਨ ਉਹਦੇ 'ਤੇ ਕੋਈ ਸਟੋਰੀ ਨਹੀਂ ਸੀਗੀ, ਯੂ ਨੋ, ਕਿਉਂਕਿ ਮੈਂ ਕੋਰਸ ਕਰ ਰਿਹਾ ਸੀ। ਥੋੜ੍ਹੇ ਟਾਈਮ ਬਾਅਦ 2017 ਦੇ ਅੰਦਰ ਐਕਚੁਲੀ ਸਾਡੇ ਹੋਰ ਪ੍ਰੋਡਿਊਸਰ ਸਾਹਿਬ ਹੈਗੇ ਨੇ ਹਰਜਿੰਦਰ ਸਿੰਘ ਚੌਹਾਨ, ਉਹਨਾਂ ਦਾ ਜ਼ਰੂਰ ਰਿੱਕੀਆ ਦੇ ਡਾਇਰੈਕਟਰ ਨੂੰ ਕਰੂੰਗਾ, ਕਿਉਂਕਿ ਕਰਨਾ ਐਕਟਰ ਨੇ ਹੋਇਆ ਜੋ ਡਾਇਰੈਕਟਰ ਚਾਹੁੰਦਾ ਹੈ ਕਿ ਤੁਹਾਨੂੰ ਇਹ ਪਤਾ ਹੋਵੇ ਵੀ ਉੱਥੇ ਦੀ ਲਾਈਫ ਕਿੰਨੀ ਦਰਦਨਾਕ ਹੈ। ਮਹਾਰਾਜ ਇੱਕ ਇੱਕ ਕਮਰੇ ਦੀ ਧੀ ਹੈ ਮੇਰੀ, ਇਹ ਚਾਰ ਮੁੰਡੇ ਅਤੇ 10 ਕੁੜੀਆਂ ਮੈਂ ਦੇਖੀਆਂ ਨੇ, ਅਤੇ ਜਦ ਵੀ ਮੈਂ ਜਾਣਾ ਉਹ ਵਿਚਾਰੀਆਂ ਧੀਆਂ ਅਤੇ ਮੁੰਡੇ ਅਤੇ ਬਜ਼ੁਰਗ ਅਤੇ ਬਜ਼ੁਰਗਣੀਆਂ ਮੇਰੇ ਕੋਲ ਬਹਿ ਬਹਿ ਕੇ ਰੋਂਦੇ ਨੇ। ਅੱਜ ਵੀ ਮੇਰਾ ਤਖਤ ਪੱਟਣ ਉੱਥੇ ਮੈਲਬਰਨ ਲੱਗਦਾ, ਜਿੱਥੇ 100-150 ਬਜ਼ੁਰਗ ਧੀਆਂ ਪੈਣਾ ਕੇ ਰੋਂਦੀਆਂ ਸੀ, ਕੀ ਕਰੀਏ ਬਾਪੂ, ਅਤੇ ਮੈਂ ਕਿਹਾ ਇੱਥੇ ਕਰਨ ਕੀ ਆਏ ਸੀ, ਜਿਹਦੇ ਕੋਲ 2 ਕਿੱਲੇ 3 ਕਿੱਲੇ 5 ਕਿੱਲੇ ਜ਼ਮੀਨ ਹੈ, ਰੋਟੀ ਤਾਂ ਤੁਹਾਨੂੰ ਮਿਲਦੀ ਹੈ, ਆਪਣੀ ਪੰਜਾਬ ਦੀ ਧਰਤੀ ਹੈ। ਇਸ ਕਰਕੇ ਇਸ ਦੇਸ਼ ਦਾ ਮਿਆਰ ਜਿਹੜਾ ਇੱਦਾਂ ਵਿਗੜਿਆ ਹੋਇਆ, ਕਿਉਂਕਿ ਯਾਦ ਰੱਖਿਓ ਜਿਹਨੇ ਆਪਣੀ ਹੋਂਦ ਛੱਡਤੀ ਉਹਦੀ ਨਸਲ ਵੀ ਮੁੱਕ ਗਈ, ਅਤੇ ਉਹਦੀ ਅਸਲ ਵੀ ਮੁੱਕ ਗਈ, ਅਤੇ ਅਕਲ ਵੀ ਮੁੱਕ ਗਈ, ਅਤੇ ਉਹ ਖਤਮ ਹੋ ਗਈ। ਪਹਿਲੀ ਮੂਵੀ ਬਣਾਈ, ਸ਼ੌਂਕ ਹੀ ਸਾਡੇ ਸਰਬਜੀਤ ਭਾਅ ਜੀ ਹੈਗੇ ਨੇ, ਇਹਨਾਂ ਦਾ ਸ਼ੌਂਕ ਸੀ ਬਚਪਨ ਤੋਂ ਕਿ ਇੱਕ ਅਸੀਂ ਮੂਵੀ ਪ੍ਰੋਡਿਊਸ ਹੋਣਾ। ਸੀਰੀਜ਼ ਵੀ ਕਾਫੀ ਹਿੱਟ ਹੈਗੀ ਸੀ ਉਸ ਟਾਈਮ 'ਤੇ, ਅਤੇ ਔਨ ਸੈੱਟ ਜੋ ਮਾਹੌਲ ਬਣਦਾ ਸੀ ਨਾ ਸਰ, ਮੈਂ ਦੱਸ ਨਹੀਂ ਸਕਦਾ, ਇੰਨਾ ਔਰਗਨਾਈਜ਼, ਇੰਨਾ ਵਧੀਆ, ਇੰਨਾ ਪੋਜ਼ਿਟਿਵਨੈਸ। ਯੋਗ ਸਰ ਔਰ ਭੱਲਾ ਸਾਹਿਬ ਦੀ ਜੋ ਟਿਊਨਿੰਗ ਸੀ, ਜੋ ਪੰਚਿਸ ਔਨ ਦਾ ਸਪੋਟ, ਮਤਲਬ ਸਕ੍ਰਿਪਟ ਇੱਕ ਪਾਸੇ ਸੀ ਔਰ ਇਹਨਾਂ ਦੇ ਸਾਰੇ ਔਨ ਦਾ ਸਪੋਟ ਜਿਹੜੀ ਸਕ੍ਰਿਪਟ ਹੁੰਦੀ ਸੀ ਉਹ ਇੱਧਰ ਹੋਈ ਸੀ, ਅਤੇ ਇਟ ਵਾਜ਼ ਅ ਨਾਈਸ ਐਕਸਪੀਰੀਅੰਸ। ਥੈਂਕ ਯੂ ਆਲ ਆਫ ਸੀਨੀਅਰਸ, ਗੁਰਾਜ ਭਾਅ ਜੀ, ਆਦਿੱਤੀ ਜੀ ਸਾਡੇ ਨਾਲ ਨਹੀਂ ਹੈਗੇ ਬਿਕੋਜ਼ ਉਹ ਜਿਹੜੇ ਹੀਰੋ ਹੈਗੇ ਨੇ ਫੈਮਲਾ ਵਿਸ 2015 ਹੈਗੇ ਸੀ, ਸਮਾਂ ਨਹੀਂ ਆ ਪਾਏ, ਉਪਾਸਨਾ ਜੀ ਨਹੀਂ ਆ ਪਾਏ, ਕਈ ਸਾਡੇ ਕਾਸ ਨਹੀਂ ਆ ਪਾਏ, ਪਰ ਐਨੀਵੇਜ਼ ਸਰ ਤੋਂ ਬੜਾ ਕੁਝ ਸਿੱਖਿਆ ਜੀ ਸੈੱਟ 'ਤੇ। ਥੈਂਕ ਯੂ, ਥੈਂਕ ਯੂ ਸੋ ਮਚ। ਸੋ ਸਰ ਜੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸੋ ਪੁਖਰਾਜ ਇੱਕ ਚਾਮ ਹੈ ਸਾਡੀ ਇੰਡਸਟਰੀ ਦਾ, ਜੋ 2019-20 'ਚ ਇਹ ਫਿਲਮ ਬਣੀ ਸੀ, ਜਦੋਂ ਉਦੋਂ ਬਹੁਤ ਜ਼ਿਆਦਾ ਹਾਈਪ ਹੈ, ਜਾਂ ਕਿ ਬਹੁਤ ਜ਼ਿਆਦਾ ਹਾਈਪ ਇਹਨਾਂ 'ਤੇ ਚੱਲ ਰਹੀ ਹੈ, ਇਸ ਫਿਲਮ ਤੋਂ ਬਾਅਦ ਤਾਂ ਪਤਾ ਨਹੀਂ ਕੀ ਹੋ ਜਾਏਗਾ, ਅਫਕੋਰਸ ਬਹੁਤ ਅੱਛੀ ਲੁੱਕ ਵੀ ਆ ਰਹੀ ਹੈ। ਸੋ ਜੋ ਪੁਖਰਾਜ ਜੀ ਦਾ ਨਾਮ ਦਿੱਤਾ ਗਿਆ ਉਹ ਜਸਵਿੰਦਰ ਭੱਲਾ ਵੱਲੋਂ ਲਿੱਤਾ ਗਿਆ ਸੀ, ਉਹਨਾਂ ਵੱਲੋਂ ਲਿੱਤਾ ਗਿਆ ਸੀ, ਲੇਕਿਨ ਜੋ ਬਾਕੀ ਸਟਾਰ ਕਾਸਟ ਹੈ ਜਿੱਦਾਂ ਮਿੰਟੂ ਕਾਬਾ ਹੈਗੇ ਨੇ, ਕਰਨ ਜੀ ਹੈਗੇ ਨੇ, ਇਹਨਾਂ ਦੇ ਨਾਮ ਜਿਹੜੇ ਹੈਗੇ ਆ, ਕਿੰਨੇ ਨੇ ਸੁਜੈਸਟ ਕੀਤੇ ਸੀ, ਐਂਡ ਇਹ ਫਿਲਮ ਦੇ ਵਿੱਚ ਤੁਹਾਨੂੰ ਕਿੰਨਾ ਕੀ ਯਕੀਨ ਹੈ ਕਿ ਬਾਕਸ ਆਫਿਸ 'ਚ ਆ ਜਾਏਗੀ?
ਥੈਂਕ ਯੂ ਸੋ ਮਚ। ਫਸਟ ਆਫ ਆਲ ਤਾਂ ਮੈਂ ਆਪਦਾ ਔਰ ਸਾਰੇ ਮੀਡੀਆ ਦਾ ਥੈਂਕਸ ਕਰਦਾ ਕਿ ਆਪ ਸਾਰੇ ਲੋਕ ਇੱਧਰ ਆਏ। ਜਿੱਦਾਂ ਅਮਨ ਭਾਅ ਜੀ ਨੇ ਕਿਹਾ, ਤੁਸੀਂ ਵੀ ਗੱਲ ਕਹੀ ਪ੍ਰੀ ਐਂਡ ਪੋਸਟ, ਅਤੇ ਐਜ਼ ਅ ਪ੍ਰੋਡਿਊਸਰ ਦੋ ਬੰਦੇ ਹੈਗੇ ਸੀ ਜੋ ਸਭ ਤੋਂ ਜ਼ਿਆਦਾ ਜਿਨ੍ਹਾਂ ਨੇ ਪ੍ਰੀ 'ਤੇ ਕੰਮ ਕੀਤਾ, ਇੱਕ ਹਰਜਿੰਦਰ ਸਿੰਘ ਚੌਹਾਨ ਜੀ ਜੋ ਯੂਕੇ ਤੋਂ ਹੈਗੇ ਨੇ, ਔਰ ਇੱਕ ਮੈਂ ਆਪ ਹੈਗਾ ਸੀ। ਅਸੀਂ ਇੱਕੀ ਵਾਈਨਲ ਬੈਠਦੇ ਸੀ, ਸਾਡੀ ਸਿਟਿੰਗ ਮਤਲਬ ਪੂਰੀ ਪੂਰੀ ਰਾਤ ਆਪਾਂ ਬੈਠਣਾ, ਐਂਡ ਸਾਨੂੰ ਪਤਾ ਹੀ ਲੱਗਦਾ ਸੀ ਸਵੇਰੇ 5-6 ਕਦੋਂ ਵਰ ਗਏ, ਐਂਡ ਇਟ ਵਾਜ਼ ਅ ਵੈਰੀ ਵੰਡਰਫੁਲ ਐਕਸਪੀਰੀਅੰਸ। ਅਗਰ ਆਪਾਂ ਬੁਖਾਰ ਭਾਈ ਦੀ ਗੱਲ ਕਰੀਏ ਤਾਂ ਮੇਰੀ ਮੀਟਿੰਗ ਪਹਿਲੀ ਵਾਰੀ ਜਦ ਭੱਲਾ ਸਾਹਿਬ ਨਾਲ ਹੋਈ, ਸਕ੍ਰਿਪਟ ਲੈ ਕੇ ਆਪਾਂ ਗੱਲ ਕੀਤੀ, ਉਸ ਟਾਈਮ 'ਤੇ ਭਾਈ ਜੀ ਦੀ ਇੱਕ ਮੂਵੀ ਆਈ ਸੀ ਗੋਲਕ ਟੋਨੀ ਬੈਂਕ ਦੇ ਬਟੂਆ, ਅਤੇ ਉਹਦੇ ਅੰਦਰ ਭਾਈ ਦਾ ਬਹੁਤ 5-7 ਮਿੰਟ ਦਾ ਜੋ ਛੋਟਾ ਜਿਹਾ ਰੋਲ ਸੀ, ਬਟ ਦੈਟ ਵਾਜ਼ ਸੋ ਵੰਡਰਫੁਲ, ਸੋ ਮੈਮੋਰੇਬਲ, ਮਤਲਬ ਮੈਨੂੰ ਲੱਗਿਆ ਕਿ ਉਹਨਾਂ ਨੇ ਆਪਣੀ ਪ੍ਰੈਜੈਂਸ ਫੀਲ ਕਰਾਈ, ਐਂਡ ਉੱਥੇ ਇੱਕ ਚੀਜ਼ ਸਾਨੂੰ ਫੀਲ ਹੋਈ ਕਿ ਇਹ ਜੋ ਟੈਲੈਂਟ ਹੈਗਾ ਇਹਦਾ ਫਿਊਚਰ ਬਹੁਤ ਬ੍ਰਾਈਟ ਹੈਗਾ। ਉਹ ਖਰਾਬ ਪਈ ਨੂੰ ਉੱਥੇ ਜਾਵਾਂ ਨੋਟਿਸ ਕੀਤਾ, ਅਤੇ ਉਸ ਤੋਂ ਬਾਅਦ ਚੇਂਜਿਸ ਹੋਏ, ਐਂਡ ਜਿੱਦਾਂ ਅਮਨ ਭਾਅ ਜੀ ਨੇ ਕਿਹਾ ਯੋਗਰਾਜ ਜੀ ਹੈਗੇ ਨੇ, ਭੱਲਾ ਸਾਹਿਬ ਹੈਗੇ ਨੇ, ਇੰਪਰੋਵਾਈਜੇਸ਼ਨ ਕੀ ਹੁੰਦਾ ਡਿਊਰਿੰਗ ਦਾ ਸੈਟਸ ਉਹ ਸਾਨੂੰ ਦੇਖਣ ਨੂੰ ਮਿਲਿਆ, ਐਂਡ ਜੋ ਰਿੱਕੀ ਭਾਅ ਜੀ ਨੇ ਵੀ ਕਿਹਾ ਦਿਸ ਇਜ਼ ਅ ਟੀਮ ਐਫਰਟ, ਸਭ ਨੇ ਆਪਣਾ ਹਾਰਟ ਐਂਡ ਸੋਲ ਇਸ ਪ੍ਰੋਜੈਕਟ 'ਚ ਪਾਇਆ, ਔਰ ਮੈਨੂੰ ਲੱਗਦਾ ਕਿ ਅਗਰ ਆਪ ਕੋਈ ਵੀ ਕੰਮ ਅੱਛੀ ਨੀਅਤ ਨਾਲ ਕਰਦੇ ਹੋ, ਮਿਹਨਤ ਕਰਦੇ ਹੋ, ਤਾਂ ਉਹਦਾ ਰਿਜ਼ਲਟ ਜ਼ਰੂਰ ਆਉਂਦਾ, ਕਿਉਂਕਿ ਨੇਚਰ 'ਚ ਕੁਛ ਵੀ ਪਾਇਆ ਗਿਆ ਕਦੀ ਵੇਸਟ ਨਹੀਂ ਜਾਂਦਾ, ਅਤੇ ਆਪਾਂ ਜੋ ਮਿਹਨਤ ਇਹਦੇ 'ਚ ਪਾਈ ਹੈ ਸਾਰੀ ਐਜ਼ ਅ ਟੀਮ, ਆਈ ਐਮ ਵੈਰੀ ਵੈਰੀ ਪੋਜ਼ਿਟਿਵ ਕਿ ਬਾਕਸ ਆਫਿਸ ਇਜ਼ ਗੋਇੰਗ ਟੂ ਗਿਵ ਵੈਰੀ ਗੁੱਡ ਰਿਜ਼ਲਟਸ ਵਿਦ ਦਾ ਬਲੈਸਿੰਗਸ ਆਫ ਬਾਬਾ ਜੀ ਐਂਡ ਵਿਦ ਆਲ ਦਾ ਹਾਰਡ ਐਫਰਟਸ, ਆਈ ਐਮ ਵੈਰੀ ਹੋਪਫੁਲ ਦੈਟ ਦਿਸ ਮੂਵੀ ਇਜ਼ ਗੋਇੰਗ ਟੂ ਬੀ ਅ ਹਿੱਟ ਆਫ ਬਾਕਸ ਆਫਿਸ। ਬਿਲਕੁਲ, ਸ਼ੋਰ, ਫੋਰ ਸ਼ੋਰ। ਅਨੀਤਾ ਮੈਮ, ਤੁਹਾਨੂੰ ਇਹ ਚੀਜ਼ਾਂ ਆਉਂਦੀਆਂ ਨੇ ਕਿ ਹਾਂ ਕਿ ਮੇਰੇ ਕਰਕੇ ਮੇਰੇ ਅਫਕੋਰਸ ਤੁਹਾਡੇ ਤੁਸੀਂ ਵੀ ਇੱਕ ਹਿੱਸਾ ਹੈਗੇ ਹੋ ਹੈ ਨਾ, ਕਿ ਮੈਨੂੰ ਆਪਣਾ ਬੈਸਟ ਦੇਣਾ ਹੈ ਜਾਂ ਆਪਣੀ ਬੈਸਟ ਪ੍ਰਮੋਸ਼ਨ ਕਰਨੀ ਹੈ ਜਾਂ ਬੈਸਟ ਲੋਕਾਂ ਤੱਕ ਪਹੁੰਚਾਉਣਾ ਹੈ, ਸੋ ਡੈਟ ਜੋ ਬਾਕਸ ਆਫਿਸ ਹੈ ਹਿੱਲੇ ਨਾ ਆਉਣ ਵਾਲਾ ਟਾਈਮ, ਕੀ ਐਕਟਰਸ ਦੇ ਉੱਤੇ ਬਾਕਸ ਆਫਿਸ ਦਾ ਜਿਹੜਾ ਨੰਬਰ ਹੈ ਇਫੈਕਟ ਕਰੇਗਾ? ਦੇਖੋ, ਐਜ਼ ਐਨ ਆਰਟਿਸਟ ਸਾਡੇ ਸਾਰਿਆਂ ਦੀ, ਮੇਰੀ ਹੀ ਨਹੀਂ, ਸਾਡੇ ਸਾਰਿਆਂ ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਆ ਕਿ ਅਸੀਂ ਜਿਹੜੀ ਵੀ ਫਿਲਮ 'ਚ ਹੈਗੇ ਹਾਂ, ਜੋ ਵੀ ਕਿਰਦਾਰ ਸਾਨੂੰ ਕਰਨ ਲਈ ਦਿੱਤਾ ਗਿਆ, ਉਸ ਕਿਰਦਾਰ ਦੇ ਵਿੱਚ ਅਸੀਂ ਚੀਜ਼ਾਂ ਨੂੰ ਹੋਰ ਜ਼ਿਆਦਾ ਪਲੱਸ ਕਰੀਏ ਤਾਂ ਕਿ ਫਿਲਮ ਜਿਹੜੀ ਉਹ ਅੱਛੀ ਬਣੇ, ਕਿਉਂਕਿ ਜਦੋਂ ਵੀ ਕੋਈ ਕਲਾਕ੍ਰਿਤ ਬਣਦੀ ਉਹ ਸਾਰਿਆਂ ਦੀ ਸਾਂਝੀ ਹੁੰਦੀ ਹੈ। ਕਿਸੇ ਇੱਕ ਕਲਾਕਾਰ ਦਾ ਨਾ ਤਾਂ ਐਫਰਟ ਹੁੰਦਾ ਨਾ ਕਿਸੇ ਇੱਕ ਪਰਸਨ ਦਾ, ਸਾਰਿਆਂ ਦਾ ਐਫਰਟ ਸੀਗਾ ਔਰ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਜੋ ਆਪਣੇ ਵੱਲੋਂ ਵਧੀਆ ਕਰ ਸਕਦੇ ਸੀਗੇ, ਜਿੰਨੀ ਕਿ ਸਾਡੀ ਸਮਰੱਥਾ, ਜਿੰਨੀ ਪਰਮਾਤਮਾ ਨੇ ਬਖਸ਼ੀ ਉਹਦੇ ਅਕੋਰਡਿੰਗ ਅਸੀਂ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਔਰ ਸਾਨੂੰ ਬਹੁਤ ਉਮੀਦ ਹੈ ਕਿ ਇਹ ਓਰਿਜਨਲ ਕਹਾਣੀ ਹੈ ਔਰ ਇਸ ਕਹਾਣੀ ਦੇ ਉੱਤੇ ਪਹਿਲਾਂ ਵਰਕ ਵੀ ਨਹੀਂ ਹੋਇਆ, ਇਸ ਕਰਕੇ ਸਾਨੂੰ ਲੱਗਦਾ ਹੈ ਕਿ ਫਿਲਮ ਜ਼ਰੂਰ ਦਰਸ਼ਕਾਂ ਨੂੰ ਪਸੰਦ ਕਰੇਗੀ। ਥੈਂਕ ਯੂ ਸੋ ਮਚ, ਥੈਂਕ ਯੂ। ਐਨੀ ਕੁਐਸਚਨ ਫਰੋਮ ਯੂ? ਤਿਆਰੀ ਤੇ ਤਿਆਰੀ ਦਾ ਫਰਕ ਹੁੰਦਾ ਜਨਾਬ, ਉਹ ਜਾਂ ਫਿਰ ਤਿਆਰ ਦੀ ਤਿਆਰੀ ਜਿਹੜਾ ਫੇੜੀਆਂ ਕਰਦੇ ਨੇ ਦੋਸਤਾਂ ਤੇ ਤੁਹਾਡਾ ਵੀ ਟਾਈਮ ਹੋ ਗਿਆ ਯਾਰ, ਮੈਨੂੰ ਪਤਾ ਨਹੀਂ ਕੁੱਤੇ ਖੜੇ ਕਿਉਂ ਦਾ ਟਾਈਮ ਹੋ ਗਿਆ, ਤੇ ਕੁਝ ਮੰਨ ਲਓ ਕੀ ਯਾਰ ਦੀ ਬਿਹਾਰੀ ਫੇੜਾ ਫੇੜੀਆਂ ਕਰਦੇ ਨੇ। ਕਾਕਾ ਜੀ
ਕਿ ਤੁਸੀਂ ਬਾਲੀ ਨੂੰ ਬਾਹਰ ਲਿਜਾ ਕੇ 에ਅਰਪੋਰਟ ਤੇ ਛੱਡ ਦਿੱਤਾ ਤੇ ਇਹ ਧਿਆਨ ਰੱਖਣਾ ਕਿ ਜੱਟ ਤੇ ਬਾਲੀ ਦਾ ਮੇਲ ਕਦੇ ਨਹੀਂ ਹੋ ਸਕਦਾ। ਕਾਜਾ ਨਾ ਪੜਿਆ ਅੱਜ ਤੱਕ ਪਹਿਲਾਂ ਤੋਂ ਕੰਮ ਤਾਂ ਨਾ ਕੋ ਫੇਰ ਉਹ ਲੱਭਿਓ ਤਾਂ ਨਹੀਂ ਮੈਂ ਉਹਦੇ ਰੈਸਟੋਰੈਂਟ ਦਾ ਕੰਮ ਕਰਾਂ ਤਾਂ ਮੈਨੂੰ ਘੰਟੇ ਦਾ ਕਿੰਨਾ ਦਊਗਾ? ਤੈਨੂੰ ਘੰਟੇ ਦਾ ਦਊਗਾ ਅਗਰ ਅਬਰ ਸਮਝਿਆ ਉਹ ਵੀ ਘੰਟਾ ਹੀ ਦਿੰਦਾ। ਬਸ 2 ਮਹੀਨੇ ਲਈ ਇੱਥੇ ਰਹਿਣ ਦੀ ਥਾਂ ਲੈ ਜੀ। ਉਹ ਤੂੰ 2 ਮਹੀਨੇ ਦੀ ਗੱਲ ਕਰ ਤਾ ਤੂੰ ਮੈਂ ਤਾਂ 2 ਮਿੰਟ ਦਾ ਰੱਖਾਂ। ਜਮਾਨੇ ਹੋਰ ਸੀ ਜਦੋਂ ਅੱਜ ਕੱਲ ਕੁੱਤਿਆਂ ਤੋਂ ਡਰਦੇ ਹੁੰਦੇ ਆ ਤੇ ਅੱਜ ਕੱਲ ਤਾਂ ਬਰਾਬਰ ਭੌਂਕਦੇ। ਪਹਿਲੀ ਜਦ ਫਿਲਮ ਬਣੀ ਸੀਗੀ ਗੋਰਿਆਂ ਨੂੰ ਦਫਾ ਕਰੋ ਤੇ ਅੰਬਰ ਨੇ ਇਹ ਸਬਜੈਕਟ ਲਿਖਿਆ ਸੀ ਤੇ ਮੈਨੂੰ ਕਿਹਾ ਜੀ ਆਪਾਂ ਕਰੈਕਟਰ ਨੂੰ ਇੱਦਾਂ ਨਿਭਾਉਣਾ। ਮੈਂ ਕਿਹਾ ਵੀ ਆਪਾਂ ਨੂੰ ਤਾਂ ਕਾਮੇਡੀ ਕਰਨੀ ਆਉਂਦੀ ਨਹੀਂ ਤੇ ਆਪਾਂ ਤਾਂ ਭਾਈ ਉਹ ਛਿੱਤਰਾਂ ਵਾਲੇ ਅਤੇ ਗੰਡਾਸੇ ਵਾਲੇ ਅਤੇ ਬੰਦੂਕ ਵਾਲੇ ਬੰਦੇ ਹੈ, ਸਾਰੀ ਜ਼ਿੰਦਗੀ ਡਾਇਲੋਗ ਬੋਲਦੇ ਰਹੇ, ਹੀਰੋ ਬਣਨ ਨੂੰ ਤਰਸ ਕੇ ਕਿਸੇ ਹੀਰੋ ਨੂੰ ਲਿਆ, ਪਰ ਬਾਅਦ ਚਲੋ ਵੀ ਮੇਰਾ ਸੁਪਨਾ ਪੂਰਾ ਹੋ ਗਿਆ। ਪਰ ਉਹ ਮੈਨੂੰ ਡਾਇਰੈਕਟਰ ਕਹਿਣ ਲੱਗਿਆ ਅੰਬਰ, ਕਹਿੰਦਾ ਭਾਅ ਜੀ ਯਬੜ ਬੜਾ ਮਾਰਦੇ ਬੈਠ ਕੇ ਤੁਸੀਂ ਸਾਰਿਆਂ ਨਾਲ, ਟਿੱਚਰਾਂ ਬੜੀਆਂ ਕਰਦੇ ਤੁਸੀਂ, ਤੁਹਾਨੂੰ ਗੱਲ ਬੜੀ ਆਉਂਦੀ ਹੈ, ਚੰਗੇ ਤਗੜੇ ਮਰਾਸੀ ਹੋ ਤੁਸੀਂ। ਮੈਂ ਆਪਣੇ ਖਿਲਾਫ ਦੇ ਦੇ ਬਈ, ਅਤੇ ਕਹਿੰਦਾ ਫਿਰ ਜੋ ਹੈ ਇਹੀ ਕਰ ਲਓ। ਅਤੇ ਮੈਂ ਕਿਹਾ ਚਲੋ। ਉਹ ਕਹਿੰਦੇ ਨਾ ਕਈ ਵਾਰੀ ਧੂੜ 'ਚ ਬੰਦਾ ਟੱਟੂ ਭਜਾਉਂਦਾ, ਰੱਬ ਦੀ ਕਿਰਪਾ ਹੁੰਦੀ ਹੈ, ਇੱਥੇ ਡਰਬੀ ਦਾ ਘੋੜਾ ਬਣ ਜਾਂਦਾ। ਸੋ ਕਾਮੇਡੀ ਉੱਥੇ ਸੁਧ ਆ ਗਈ, ਫਿਰ ਮੈਂ ਪੰਜਾਬ ਦੇ ਵਿੱਚ ਆ ਗਈ ਤਾਂ ਮੈਨੂੰ ਸਾਰੇ ਡਾਇਰੈਕਟਰ ਕਹਿ ਦਿੰਦੇ ਵੀ ਜੋ ਤੁਸੀਂ ਇਹ ਕਰੋ, ਅਤੇ ਮੈਂ ਜੋ ਜਾਣਦਾ ਯਬੜ ਕੁੱਟ ਦਿੰਦਾ ਸੀਨ ਦੇ ਉੱਤੇ ਅਤੇ ਉਹਦੀ ਕਿਰਪਾ ਸੁਧ ਆ ਜਾਂਦਾ। ਵੈਸੇ ਤਾਂ ਮੈਂ ਇਹ ਮਹਾਨ ਐਕਟਰ ਨੇ ਸਾਰੇ, ਮੈਂ ਇਹਦੇ ਸਾਹਮਣੇ ਕੁਛ ਵੀ, ਟੂ ਬੀ ਓਨੈਸਟ। ਅਤੇ ਬਟ ਇਹ ਹੈ ਕਿ ਜਦ ਤੁਸੀਂ ਕਦੇ ਤੁਹਾਡਾ ਟਾਈਮ ਬਹੁਤ ਚੰਗਾ ਹੋਵੇ ਨਾ, ਜਦ ਰੱਬ ਨੇ ਤੁਹਾਨੂੰ ਤੌਫੀਕ ਬਖਸ਼ਣੀ ਹੋਵੇ, ਜਦ ਉਹਨੇ ਤੁਹਾਨੂੰ ਕੁਛ ਬਣਾਉਣਾ ਹੋਵੇ, ਫਿਰ ਤੁਸੀਂ ਜੋ ਮਰਜ਼ੀ ਕਰੀ ਜਾਓ ਉਹ ਪ੍ਰਵਾਨ ਹੋ ਜਾਂਦਾ। ਮੈਂ ਸਮਝਦਾ ਸਮਾਂ ਐਸਾ ਹੁੰਦਾ। ਸੋ ਕਾਮੇਡੀ ਲੋਕਾਂ ਨੇ ਪ੍ਰਵਾਨ ਕੀਤੀ ਹੈ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਯਾਰ। ਸੋ ਫਿਲਮ ਆ ਰਹੀ ਹੈ ਜੀ ਐਂਡ ਸਾਰਿਆਂ ਨੇ ਜਾ ਕੇ ਦੇਖਣੀ ਹੈ ਐਂਡ ਵਾਈਟ ਹਿਲ ਸਟੂਡੀਓਜ਼ ਨੂੰ ਡਿਸਟ੍ਰੀਬਿਊਟ ਕਰ ਰਿਹਾ ਹੈ। ਇਸ ਦੇ ਇਲਾਵਾ ਗੁਰੂ ਕਿਰਪਾ ਫਿਲਮਸ ਐਂਡ ਲਿਟਲ ਐਂਜਲ ਪ੍ਰੋਡਕਸ਼ਨ ਦੇ ਬੈਨਰ ਹੇਠ ਇਹ ਫਿਲਮ ਰਿਲੀਜ਼ ਹੋਣ ਵਾਲੀ ਹੈ। ਸੋ ਐਵਰੀਬਡੀ ਅਵੇ, ਕੰਗ੍ਰੈਚੁਲੇਸ਼ਨ ਐਂਡ ਆਲ ਦਾ ਵੈਰੀ ਬੈਸਟ ਹੋਪ ਐਂਡ ਵੀ ਨੋ ਕਿ ਇਹ ਬਹੁਤ ਜ਼ਿਆਦਾ ਰੌਕ ਹੋਣ ਵਾਲੀ ਹੈ। ਥੈਂਕ ਯੂ ਸੋ ਮਚ, ਵੀ ਆਰ ਵੇਟਿੰਗ ਫਾਰ ਦਾ ਹੋਲ ਟੀਮ। ਸਾਰੀ ਪ੍ਰੈਸ ਦਾ ਆਇਆ ਹੋਇਆ ਸਾਰੇ ਬੰਦਿਆਂ ਦਾ ਬਹੁਤ ਬਹੁਤ ਸਵਾਗਤ ਹੈ। ਔਰ ਦੇਖੋ ਮੈਂ ਬਹੁਤ ਦੇਰ ਪਹਿਲਾਂ ਇਹ ਗੱਲ ਕਹੀ ਸੀ ਵੀ ਪ੍ਰੈਸ ਇਜ਼ ਦੀ ਫਾਦਰ ਆਫ ਦੀ ਨੇਸ਼ਨ। ਅੱਜ ਪੰਜਾਬੀ ਫਿਲਮ ਇੰਡਸਟਰੀ ਜਿੱਥੇ ਆ ਕੇ ਖੜੀ ਹੈ ਉਹਦੇ ਵਿੱਚ ਤੁਹਾਡੇ
ਪ੍ਰੈਸ ਵਾਲਿਆਂ ਦਾ ਚੈਨਲ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਕੱਲ੍ਹ ਪਿਕਚਰ ਰਿਲੀਜ਼ ਹੋਈ ਕੁੜੀ ਹਰਿਆਣੇ ਵੱਲ ਦੀ ਐਂਡ ਇਟ ਇਜ਼ ਡੂਇੰਗ ਸੋ ਵੈਲ। ਉਸ ਫਿਲਮ ਦੇ ਪ੍ਰੀਵਿਊਜ਼, ਉਸ ਫਿਲਮ ਦਾ ਜਿਹੜੀ ਕਲੈਕਸ਼ਨਸ ਨੇ ਆਲ ਓਵਰ ਦਾ ਵਰਲਡ ਬੜੀ ਫੈਂਟੈਸਟਿਕ ਨੇ। ਅਤੇ ਮੈਂ ਕਿਹਾ ਪੰਜਾਬੀ ਸਿਨੇਮਾ ਨੇ ਬਹੁਤ ਤਰੱਕੀ ਕੀਤੀ ਹੈ ਕਿਉਂਕਿ ਤੁਸੀਂ ਲੋਕਾਂ ਨੇ ਬਹੁਤ ਸਿਨੇਮਾ ਨੂੰ ਚੱਕਿਆ। ਮੈਨੂੰ ਯਾਦ ਆ ਕਿ ਕੱਲ੍ਹ ਅਸੀਂ ਗਏ ਸੀਗੇ ਪ੍ਰੀਮੀਅਰ 'ਤੇ ਅਤੇ ਉਸ ਉੱਥੇ ਇੰਨੀ ਪ੍ਰੈਸ ਸੀ, ਮੇਰਾ ਖਿਆਲ ਕਮ ਸੇ ਕਮ 150 ਬੰਦਾ ਹੋਣਾ। ਆਲ ਆਫ ਯੂ ਮਸਟ ਬੀ ਦੇਅਰ। ਇਹ ਬੜੀ ਵੱਡੀ ਗੱਲ ਹੈ ਕਿ ਤੁਹਾਨੂੰ ਅੱਜ ਵੀ ਫਿਲਮ ਹੈ ਤੇਰੀਆਂ ਮੇਰੀਆਂ ਹੇਰਾ ਫੇਰੀਆਂ। ਇਹ ਪੰਜ ਸਾਲ ਪਹਿਲਾਂ ਸ਼ੂਟ ਹੋਈ ਹੈ 2019 ਆਈ ਬਿਲੀਵ ਹੈ ਜੀ। ਉਹ ਅਸੀਂ UK ਕੀਤੀ ਹੈ ਤਾਂ ਰਿੱਕੀ ਜੀ ਡਾਇਰੈਕਟਰ ਨੇ, ਇਹਨਾਂ ਨੇ ਲਿਖੀ, ਇਹਨਾਂ ਨੇ ਫਿਲਮ ਦੇ ਵਿੱਚ ਡਾਇਰੈਕਸ਼ਨ ਕੀਤੀ ਔਰ ਵੈਰੀ ਇਹ ਬੰਦੇ ਨੂੰ ਇਹੋ ਜਿਹੇ ਲੋਕਾਂ ਨਾਲ ਕੰਮ ਕਰਕੇ ਇੱਦਾਂ ਕਰਨ ਲੱਗਦਾ ਕਿ ਮੈਂ ਹਾਲੀਵੁੱਡ ਕੰਮ ਕਰ ਸਕਦਾ। ਬਿਕੋਜ਼ ਵਿਜ਼ਨ ਜਿਹੜਾ ਹੈਗਾ ਬਹੁਤ ਗ੍ਰੇਟ ਹੁੰਦਾ। ਮਾਈ ਸਨ ਵਿਕਟਰ ਯੋਗਰਾਜ ਸਿੰਘ, ਹੀ ਇਜ਼ ਫਰੋਮ ਨਿਊਯਾਰਕ, ਉਹਦਾ ਬੜਾ ਵੱਡਾ ਵਿਜ਼ਨ ਹੈ, ਫਿਲਮਾਂ ਬਣਾ ਰਿਹਾ ਹੈ। ਅਤੇ ਪੰਜਾਬੀ ਸਿਨੇਮਾ ਜਿੱਥੇ ਖੜ੍ਹਾ ਹੋ ਗਿਆ, ਮੈਂ ਸਮਝਦਾ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਅਸੀਂ ਕਰ ਰਹੇ ਹਾਂ। ਹਿਸਟੋਰੀਕਲ ਫਿਲਮਾਂ ਮੇਰੇ ਹਿੱਸੇ ਆਈਆਂ ਨੇ। ਤੁਹਾਡੇ ਦੁਆਵਾਂ ਨਾਲ, ਰੱਬ ਦੀ ਕਿਰਪਾ ਨਾਲ, ਗੁਰੂ ਘਰ ਦੀ ਰਹਿਮਤ ਨਾਲ ਮੇਰੇ ਵਰਗਾ ਬੰਦਾ ਵੀ ਅੱਜ ਉਹਦੀ ਪਹਿਚਾਣ ਬਣ ਰਹੀ ਹੈ ਕੁੜੀ ਹਰਿਆਣੇ ਵੱਲ ਦੀ। ਇਹਦੇ ਵਿੱਚ ਲੋਕਾਂ ਨੇ ਸੋਨਣ ਨੂੰ ਅਤੇ ਮੇਰੇ ਕੰਮ ਨੂੰ ਬੜਾ ਉਹਨਾਂ ਨੇ ਅਪਲਿਫਟ ਕੀਤਾ। ਤੁਸੀਂ ਬੜਾ ਲਾਈਕ ਕੀਤਾ, ਬੜਾ ਸੋਹਣੇ ਰਾਈਟਰ ਤੁਸੀਂ ਲਿਖੇ ਨੇ। ਸੋ ਆਈ ਥਿੰਕ ਬੜਾ ਜ਼ਰੂਰੀ ਹੈ ਕਿ ਬੰਦੇ ਨੂੰ ਨਿਮਰਤਾ 'ਚ ਰਹਿਣਾ। ਇੱਕ ਹੰਕਾਰ ਇਹੋ ਜਿਹੀ ਚੀਜ਼ ਹੈ ਜਿਹੜਾ ਜ਼ਿੰਦਗੀ 'ਚ ਬੰਦੇ ਨੂੰ ਲੈ ਜਾਂਦਾ। ਮੈਂ ਗੱਲ ਕਰਨਾ ਨਹੀਂ ਚਾਹੁੰਦਾ, ਰੀਸੈਂਟਲੀ ਪਿਕਚਰ ਰਿਲੀਜ਼ ਹੋਈ ਹੈ, ਬਟ ਕੀ ਹੈ ਕਿ ਤੁਹਾਨੂੰ ਕਦੇ ਮਾਣ ਨਹੀਂ ਕਰਨਾ ਜਿੱਦਾਂ ਵੀ ਮੈਂ ਆਹ ਬਣ ਗਿਆ, ਮੈਂ ਉਹ ਬਣ ਗਿਆ। 10 ਬੰਦੇ ਤੁਹਾਡੇ ਨਾਲ ਤੁਰੇ ਫਿਰਦੇ ਹੈ, ਉਹਨੂੰ ਨੋਰਮਲ ਰਹੋ ਤੁਸੀਂ। ਭਾਵਾਂ ਤੁਹਾਨੂੰ ਰੱਬ ਸੁਪਰ ਡੁਪਰ ਸਟਾਰ ਬਣਾ ਦੇ, ਭਾਵਾਂ ਦੁਨੀਆ ਤੁਹਾਡੇ ਪਿੱਛੇ ਤੁਰੇ, ਪਰ ਮੈਂ ਬਿਲੀਵ ਕਰਦਾ ਯੂ ਸ਼ੁੱਡ ਬੀ ਵੈਰੀ ਨੋਰਮਲ। ਉਹ ਮੈਂ ਕੋਈ ਗੱਲ ਨਹੀਂ, ਮੈਂ ਰੌਲਾ ਪਾਈ ਜਾਵਾਂ ਜੀ, ਮੈਂ ਉੱਥੇ ਪਹਿਲਾਂ ਬੈਠਾ ਜੀ, ਮੈਨੂੰ ਬੁਲਾਇਆ ਨਹੀਂ। ਸੋ ਆਈ ਥਿੰਕ ਆਹ ਜਿਹੜੀਆਂ ਈਗੋਸ ਨੇ ਸਾਡੀਆਂ ਛੱਡ ਦੇਣੀਆਂ ਚਾਹੀਦੀਆਂ। ਅਜੇ ਵੀ ਪੰਜਾਬੀ ਇੰਡਸਟਰੀ ਬਹੁਤ ਐਗਜ਼ਿਸਟ ਕਰਦੀਆਂ ਨੇ, ਇੱਕ ਦੂਜੇ ਨੂੰ ਦੇਖ ਕੇ ਆਪਾਂ ਰਾਜੀ ਨਹੀਂ, ਇੱਕ ਦੂਜੇ ਨਾਲ ਆਪਾਂ ਰੌਲਾ ਹੈ, ਪਤਾ ਨਹੀਂ ਕਾਹਦਾ ਰੌਲਾ, ਹਰੇਕ ਦਾ ਮਸਤਕ ਰੱਬ ਨੇ ਆਪ ਲਿਖਿਆ, ਹਰੇਕ ਦੀ ਆਪ ਮਿਹਨਤ ਹੈ। ਹੁਣ ਮੈਨੂੰ ਕਈ ਵਾਰੀ ਕਹਿੰਦਾ ਭਾਅ ਜੀ 72 ਸਾਲ ਦੀ ਤੁਹਾਡੀ ਉਮਰ ਹੋ ਗਈ, ਤੁਸੀਂ ਤਾਂ ਹੋਰ ਵੀ ਹੀਰੋ ਲੱਗਦੇ, ਤੁਸੀਂ ਤਾਂ ਕਮਾਲ ਕਰੀ ਜਾਂਦੇ। ਮੈਂ ਕਿਹਾ ਯਾਰ ਜੇ ਤਾਂ ਮਾੜੀ ਕਰਦਾ ਤਾਂ ਰੱਬ ਨਾਲ ਗੱਲ ਕਰ ਲਓ, ਤਾਂ ਫੀਕ ਤਾਂ ਆਪਣੇ ਬਖਸ਼ੀ ਹੈ, ਬੰਦਾ ਕਰੇ ਕਰਲੀਆਂ ਰੱਬ ਸੱਚੀਆ ਭਾਵੇਂ। ਮੇਰਾ ਤਾਂ ਉਹ ਹਾਲ ਹੈ, ਮੈਂ ਕਈ ਵਾਰ ਵਿੱਕੀ ਨੂੰ ਵੀ ਗਿਆ, ਸਾਰੇ ਡਾਇਰੈਕਟਰ ਨੂੰ ਕਹਿਣਾ ਵੀ ਜੋ ਤੁਸੀਂ ਕਰਦੇ ਮੈਂ ਕੋਸ਼ਿਸ਼ ਕਰਦਾ ਵੀ ਉਹ ਤੁਹਾਡੇ ਬਰਾਬਰ ਮੈਂ ਮਿਲ ਸਕਾਂ, ਪਰ ਉਹ ਜੇ ਅੱਛਾ ਹੋ ਰਿਹਾ। ਹੁਣ ਮੈਨੂੰ ਕੋਈ ਆਈਡੀਆ ਨਹੀਂ ਸੀ ਆ ਕੁੜੀ ਹਰਿਆਣੇ ਵੱਲ ਦੀ, ਉਹਦੇ ਵਿੱਚ ਕੀ ਕਰਨਾ ਕੀ ਨਹੀਂ ਕਰਨਾ। ਸੈੱਟ 'ਤੇ ਚਲੇ ਗਏ, ਵਿੱਕੀ ਕੋਲ ਚਲੇ ਗਏ, ਮੈਂ ਕਿਹਾ ਯਾਰ ਕਰਨਾ ਕੀ ਹੈ। ਵਿੱਕੀ ਕਹਿੰਦਾ ਭਾਜੀ ਆਹ ਡਿਟੇਲਡ ਵਰਕ ਹੈ, ਫਲਾਣਾ। ਮੈਂ ਕਿਹਾ ਯਾਰ ਚੱਲ ਕੁਛ ਨਵਾਂ ਕਰਦੇ ਹਾਂ। ਸੋ ਕੁਛ ਨਵਾਂ ਕਰਦੇ ਹਾਂ, ਕਈ ਵਾਰੀ ਉਹ ਕਲਿੱਕ ਕਰਦਾ, ਕਈ ਵਾਰੀ ਨਹੀਂ ਵੀ ਕਰਦਾ। ਤੁਸੀਂ ਲੋਡੇ ਕੁਆਲਿਟੀ ਦੇਖੀ ਹੋਗੀ, ਹਾਲਾਂਕਿ ਫਿਲਮ ਨਹੀਂ ਚੱਲੀ, ਬਟ ਸਟਿਲ ਇਟਸ ਡੂਇੰਗ ਵੈਰੀ ਵੈਲ। ਮੈਂ ਉਸ ਫਿਲਮ ਨੂੰ ਦੇਖਿਆ, ਬੜਾ ਉਹਦੇ ਵਿੱਚ ਮੈਨੂੰ ਆਪਣਾ ਕਿਰਦਾਰ ਪਸੰਦ ਆਇਆ, ਐਜ਼ ਅ ਫਿਲਮ ਵੀ ਬੜੀ ਪਸੰਦ ਆਈ। ਪਰ ਗੱਲ ਇਹ ਕਿ ਕਈ ਫਿਲਮਾਂ ਜੇ ਨਹੀਂ ਵੀ ਚੱਲਦੀਆਂ, ਬੰਦੇ ਨੂੰ ਕ੍ਰਿਟੀਕਲੀ ਆਪਣੇ ਆਪ ਨੂੰ ਦੇਖਣਾ ਚਾਹੀਦਾ ਕਿ ਯਾਰ ਮੇਰੀ ਫਿਲਮ ਕਿਉਂ ਨਹੀਂ ਚੱਲੀ, ਇਸ ਫਿਲਮ 'ਚ ਕੀ ਨੁਕਸ ਹੈ। ਉਹ ਆਪਾਂ ਦੇਖ ਕੇ ਰਾਜੀ ਨਹੀਂ, ਕਿਉਂਕਿ ਮੈਂ ਆਪਣੇ ਆਪ ਨੂੰ ਐਜ਼ ਐਨ ਐਕਟਰ ਬਹੁਤ ਕ੍ਰਿਟੀਕਲੀ ਦੇਖਦਾ ਕਿ ਯਾਰ ਆਹ ਤੂੰ ਕੀ ਕੀਤਾ, ਇਹ ਤੂੰ ਚੰਗਾ ਕੀਤਾ। ਸੋ ਮੈਂ ਆਈ ਟਰਾਈ ਟੂ ਇੰਪਰੂਵ ਆਲ ਦਾ ਟਾਈਮ ਕਿ ਮੈਨੂੰ ਮੈਂ ਇੱਕ ਡਾਇਮੈਂਸ਼ਨ 'ਤੇ ਜਾ ਸਕਾਂ। ਮੈਂ ਰੀਸੈਂਟਲੀ ਇੱਕ ਹਾਲੀਵੁੱਡ ਫਿਲਮ ਸਾਈਨ ਕੀਤੀ ਹੈ, ਮੈਂ ਤੁਹਾਨੂੰ ਦੱਸਦਿਆਂ। ਔਰ ਡਰੀਮ ਸੀ ਤੁਹਾਡੀ ਦੁਆਵਾਂ ਨਾਲ, ਰੱਬ ਦੀ ਕਿਰਪਾ ਨਾਲ, ਮੇਰੇ ਲਈ ਅਜੇ ਵੀ ਡਰੀਮ ਹੈਗਾ ਜਦ ਮੈਨੂੰ ਸਕ੍ਰਿਪਟ ਸੁਣਾਇਆ ਅਤੇ ਮੈਨੂੰ ਸਾਈਨ ਕੀਤਾ। ਅਤੇ ਉਹ ਅਸੀਂ ਅਫਗਾਨਿਸਤਾਨ ਵਾਰ ਦੇ 5 ਜਿਹੜੇ ਸੋਲਜਰਸ ਨੇ ਬਚੇ ਸੀ ਉੱਥੋਂ, ਬੜੇ ਬੰਦੇ ਉਹਨਾਂ ਨੇ ਅਫਗਾਨਿਸਤਾਨ ਵਾਰ 'ਚ ਮਾਰੇ, ਉਹ ਕਿਸ ਤਰ੍ਹਾਂ ਦੀ ਲਾਈਫ, ਉਹਨਾਂ ਨੂੰ ਦੇਸ਼ ਨੇ ਵੀ ਛੱਡਤਾ, ਘਰਦਿਆਂ ਨੇ ਵੀ ਛੱਡਤਾ, ਬੱਚੇ ਵੀ ਛੱਡ ਗਏ, ਅਤੇ ਉਹ ਜੰਗਲਾਂ 'ਚ ਰਹਿੰਦੇ, ਅਤੇ ਉਹ ਉਹਨਾਂ ਦੀ ਲਾਈਫ 'ਚ ਫਿਲਮ ਬਣ ਰਹੀ ਹੈ। ਦੀ ਫੋਰਨ ਸੋਲਜਰ ਉਹਦਾ ਟਾਈਟਲ ਹੈ।
ਸੋ ਅਸੀਂ ਉਹਦੀ ਸ਼ੂਟ ਜਿਹੜਾ ਹੈਗਾ ਨੈਕਸਟ ਅਪ੍ਰੈਲ ਸ਼ੁਰੂ ਕਰਨ ਲੱਗੇ ਹਾਂ ਕੈਲੀਫੋਰਨੀਆ ਦੇ ਵਿੱਚ ਅਤੇ ਕੈਨੇਡਾ ਦੇ ਵਿੱਚ। ਸੋ ਮੈਂ ਸਮਝਦਾ ਬੰਦੇ ਨੂੰ ਗਰੋ ਕਰਨਾ ਚਾਹੀਦਾ ਐਜ਼ ਐਨ ਐਕਟਰ, ਐਜ਼ ਅ ਫਿਲਮ ਮੇਕਰ। ਜਦ ਮੈਂ ਨਿੱਕੀਆਂ ਜਿਹੇ ਬੰਦਿਆਂ ਨਾਲ ਜਾਂ ਆਪਣੇ ਬੇਟੇ ਨਾਲ ਵਿਕਟਰ ਨਾਲ ਗੱਲ ਕਰਦਾ ਤਾਂ ਮੈਨੂੰ ਐਂ ਮਹਿਸੂਸ ਹੁੰਦਾ ਕਿ ਇਹ ਬਹੁਤ ਵੱਡੇ ਪਾਇਦਾਨ ਦੇ ਡਾਇਰੈਕਟਰਸ ਨੇ। ਅਸੀਂ ਉਹਨੇ ਐਡ ਕੀਤੀ ਵਿਕਟਰ ਦੇ ਨਾਲ, ਉਹ ਐਡ ਸਾਰੀ ਸਕ੍ਰਿਪਟਡ ਸੀਗੀ ਅਤੇ ਮੈਂ ਡਾਇਲੋਗ ਬੋਲਿਆ ਸੀ, ਕਹਿੰਦਾ ਡੈਡ ਇਸ ਤਰ੍ਹਾਂ ਨਹੀਂ ਬੋਲਣਾ, ਐਂ ਬੋਲਣਾ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ। ਯੂ ਮਾਈਟ ਬੀ ਮਾਈ ਡੈਡ, ਯੂ ਆਰ ਐਨ ਐਕਟਰ ਹੇਅਰ, ਆਈ ਐਮ ਅ ਡਾਇਰੈਕਟਰ। ਮੈਨੂੰ ਬੜਾ ਚੰਗਾ ਲੱਗਿਆ ਬੀ ਮਾਈ ਸਨ। ਮੈਂ ਕਹਿ ਰਿਹਾ ਸੀ ਨਹੀਂ ਯਾਰ ਮੈਂ ਇੱਦਾਂ ਬੋਲਾਂ, ਇੱਦਾਂ ਕਰਾਂਗਾ, ਕਹਿੰਦੇ ਨਹੀਂ ਤੁਸੀਂ ਇਹੀ ਟਾਈਪ ਬੋਲੋਗੇ, ਇੱਦਾਂ ਬੋਲੋਗੇ। ਸੋ ਆਈ ਥਿੰਕ ਇਹ ਬੜਾ ਜ਼ਰੂਰੀ ਹੈ ਡਾਇਰੈਕਟਰ ਵਾਸਤੇ ਵੀ ਦੱਸਣਾ, ਯੂ ਮੇ ਬੀ ਐਨੀਬਡੀ, ਯੂ ਮੇ ਬੀ ਵਨ ਆਫ ਦੀ ਗ੍ਰੇਟੈਸਟ ਐਕਟਰ, ਯੂ ਆਰ ਸਟਿਲ ਅ ਸਟੂਡੈਂਟ। ਅਤੇ ਉਹ ਮੈਂ ਬੜਾ ਸਟ੍ਰਿਕਟਲੀ ਫੋਲੋ ਕਰਦਾ ਸਾਰੇ ਡਾਇਰੈਕਟਰਸ ਨੂੰ। ਆ ਕੇ ਸਾਡੀ ਭੈਣ ਪਤਨੀ ਹੋ ਗਈ ਅੱਗੇ ਨਾਲੋਂ, ਅਤੇ ਮੱਥਾ ਟੇਕਦਾ ਜੀ, ਤੁਹਾਨੂੰ ਵੀ ਮੱਥਾ ਟੇਕਦਾ, ਸਾਰਿਆਂ ਨੂੰ ਬਹੁਤ ਚੰਗੀ ਗੱਲ ਹੈ। ਐਮਾ ਪਹਿਲਾਂ ਬੰਦਾ ਜਿਹਾ ਤੁਹਾਡੀ ਭਾਈ ਬਹੁਤ ਪੈਰਵੇ ਕਹਿ ਰਿਹਾ, ਬਰਾਤ ਲੇਟ ਹੋ ਗਈ ਹੈ, ਮਹਾਰਾਜ ਸਤਿਕਾਰਯੋਗ। ਇਹ ਬੜੀ ਖੁਸ਼ੀ ਵਾਲੀ ਗੱਲ ਹੋਈ ਤੇ ਹੁਣ ਵੱਡੇ ਆ ਗਏ, ਆਓ ਜੀ ਸਰ ਆ ਜਾਓ ਤੇ ਲਓ ਜੀ ਤੁਸੀਂ ਪੜੋ ਤੇ ਵਾਹਿਗੁਰੂ ਜੀ ਕਾ ਖਾਲਸਾ ਬਸ ਆਹ ਕੰਮ ਨਹੀਂ ਕਰਦਾ। ਸੋ ਜੀ ਗੁਰੂ ਕਿਰਪਾ ਫਿਲਮਸ ਐਂਡ ਲਿਟਲ ਐਂਜਲ ਪ੍ਰੋਡਕਸ਼ਨ ਦੇ ਬੈਨਰ ਹੇਠ ਤੇਰੀਆਂ ਮੇਰੀਆਂ ਹੀਰਾ ਫੇਰੀਆਂ ਰਿਲੀਜ਼ ਹੋਣ ਵਾਲੀ ਹੈ ਜੀ 21 ਜੂਨ 2024 ਨੂੰ। ਐਂਡ ਇੱਕ ਵਾਰ ਜ਼ੋਰਦਾਰ ਤਾਲੀਆਂ ਜੀ ਪੁਖਰਾਜ ਪਲਾ ਇਨ ਦਾ ਹਾਊਸ ਐਵਰੀਬਡੀ। ਸੋ ਅਨੀਤਾ ਦੇਵਗਨ ਜੀ, ਯੋਗਾ ਸਿੰਘ ਜੀ ਸਾਡਾ ਪ੍ਰੋਡਿਊਸਰ ਮੌਜੂਦ ਨੇ, ਸਰਬਜੀਤ ਸਿੰਘ ਜੀ, ਅਮਨਦੀਪ ਸਿੰਘ ਜੀ ਐਂਡ ਡਾਇਰੈਕਟਰ ਰਿੱਕੀ ਐਮ ਕੇ ਜੀ, ਇੱਕ ਵਾਰ ਪਲੀਜ਼ ਐਵਰੀਬਡੀ ਜ਼ੋਰਦਾਰ ਤਾਲੀਆਂ ਹੋਣੀ ਚਾਹੀਦੀ ਹੈ। ਸੋ ਥੈਂਕ ਯੂ ਸੋ ਮਚ ਫੋਰ ਜੁਆਇਨਿੰਗ ਅਸ ਐਵਰੀਬਡੀ ਐਂਡ ਮੀਡੀਆ ਦਾ ਬਹੁਤ ਬਹੁਤ ਸਵਾਗਤ ਹੈ, ਧੰਨਵਾਦ ਹੈ। ਤੁਸੀਂ ਹਮੇਸ਼ਾ ਆਪਣਾ ਤੁਹਾਡੇ ਬਿਨਾਂ ਹਰ ਫਿਲਮ ਅਧੂਰੀ ਹੈਗੀ ਹੈ, ਕਿਉਂਕਿ ਤੁਹਾਡੀ ਆਵਾਜ਼ ਹੀ ਲੋਕਾਂ ਤੱਕ ਪਹੁੰਚਦੀ ਹੈ। ਤੁਹਾਡੇ ਚੈਨਲ ਜਿਹੜੇ ਹੈਗੇ ਯੂਟਿਊਬ ਹੋਵੇ, ਇੰਸਟਾ ਹੋਵੇ, ਫੇਸਬੁੱਕ ਹੋਵੇ, ਤਾਂ ਹੀ ਫਿਲਮ ਜਿਹੜੀ ਹੈ ਲੋਕਾਂ ਤੱਕ ਪਹੁੰਚ ਪਾਉਂਦੀ, ਅਲੱਗ ਅਲੱਗ ਆਡੀਅੰਸ ਜੁੜੀ ਹੁੰਦੀ ਹੈ, ਭਾਵੇਂ ਸਿਰਫ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਹੈ। ਹੁਣ ਤਾਂ ਮੈਨੂੰ ਲੱਗਦਾ ਹਾਲੀਵੁੱਡ ਤੱਕ ਵੀ ਇਹ ਫਿਲਮ ਜਾਣ ਵਾਲੀ ਹੈ। ਐਂਡ ਜੀ ਯੁਵਰਾਜ ਸਿੰਘ ਜੀ ਇੱਥੇ ਮੌਜੂਦ ਨੇ, ਐਂਡ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਯੁਵਰਾਜ ਸਿੰਘ ਜੀ ਹੁਣ ਵਰਲਡ ਕੱਪ 'ਚ ਇੱਥੇ ਪਹੁੰਚੇ ਹੋਏ ਨੇ ਉੱਥੇ, ਅਤੇ ਆਫਕੋਰਸ ਕਿ ਅੱਜ ਸਾਡਾ ਜਿਹੜਾ ਪਾਕਿਸਤਾਨ ਇੰਡੀਆ ਵੀ ਜਿੱਤਿਆ ਸੀ, ਤਾਂ ਵੀ ਇੰਡੀਆ ਜਿੱਤਿਆ ਸੀ, ਐਂਡ ਹੁਣੇ ਵੀ ਪਿੱਛੇ ਜਿਹੜਾ ਮੈਚ ਹੋਇਆ ਉਹ ਵੀ, ਚਲੋ ਮੈਚ ਦੀ ਗੱਲਾਂ ਅਸੀਂ ਨਹੀਂ ਕਰਨੀ ਹੈ, ਲੇਕਿਨ ਯੈਸ ਪੁਖਰਾਜ ਇਨ ਦਾ ਹਾਊਸ ਐਂਡ ਵੈਰੀ ਕੋਂਗਰੈਚੁਲੇਸ਼ਨ। ਅਤੇ ਇਹ ਚੋਲੀ ਤੁਹਾਡੇ ਇਹ ਫਿਲਮ ਜੋ ਹੈ ਤੁਹਾਡੀ ਚੋਲੀ ਪਈ ਹੈ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਮਿਸ ਕਰ ਰਹੇ ਹਾਂ ਜਸਵਿੰਦਰ ਭੱਲਾ ਜੀ ਨੂੰ, ਤੁਹਾਡੇ ਪਾਪਾ ਜੀ ਨੂੰ, ਇਜ਼ ਨਾਟ ਅਵੇਲੇਬਲ ਹੇਅਰ, ਤੇ ਉਹਨਾਂ ਦੀ ਕਮੀ ਤੁਸੀਂ ਪੂਰੀ ਕਰਨੀ ਹੈ, ਆਫਕੋਰਸ ਮੀਡੀਆ ਇਜ਼ ਵਿਦ ਯੂ। ਤੇ ਮੈਂ ਤੁਹਾਡੇ ਤੋਂ ਮੂੰਹ ਮੋੜਾ ਲੱਖ ਲਾਣਾ ਤਾਂ ਮੇਰੀ ਜ਼ਿੰਦਗੀ ਤੇ ਮੈਨੂੰ ਮਰ ਜਾਣਾ ਚਾਹੀਦਾ। ਯੋਗਰਾ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਹਾਲ ਨਵਾਂ ਨਾ ਜੀ, ਕੋਈ ਨਹੀਂ ਜਾਣਦਾ ਜੀ ਤੁਹਾਡਾ ਪਿਆਰ ਸਤਿਕਾਰ ਮੀਡੀਆ ਦਾ ਬੰਦਾ। ਮੈਂ ਕਈ ਵਾਰੀ ਆਪਣੀ ਸ਼ਕਲ ਦੇਖਦਾ ਸ਼ੀਸ਼ੇ 'ਚ, ਓਏ ਤੇਰੀ ਸ਼ਕਲ ਹੈਗੀ ਐਕਟਰ ਬਣਨਾ, ਤੈਨੂੰ ਟਿੱਕਾ ਮਤਾਬ ਬਚਣ ਵਾਲਾ ਕੰਗਾਲ ਹੋਣ ਤੋਂ ਬਚਦਾ ਨਾ, ਪਰ ਰੱਬ ਨੇ ਬਚਾ ਲਿਆ, ਉਹਨੂੰ ਵਿਛਾਇਆ ਸੀ ਸ਼ੀਸ਼ਾ ਕਿ ਤੂੰ ਜਿਹੜਾ ਬਣੇ ਰੱਬ ਬਣਿਆ ਫਿਰਦਾ ਨਾ ਆਹ ਦੇਖ, ਇਸ ਕਰਕੇ ਉੱਥੇ ਹੀ ਬਹਿਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਕੋਈ ਚਲੇ ਗਏ ਭੈਣ ਮੇਰੀਏ, ਅਤੇ ਉਹ ਮਿਸਰ ਦਾ ਰਾਜਾ ਉਹ 84 ਪੌੜੀਆਂ ਤੇ ਬੈਠਾ ਤੇ ਪੁੱਛਦਾ ਉਹ ਭਾਈ ਫਕੀਰਾ ਰੱਬ ਕੁਛ ਕਰਦਾ ਵੀ ਹੈ ਕਿ ਵਿਹਲਾ ਹੀ ਬਹਿੰਦਾ ਹੈ? ਉਹ ਕਹਿੰਦਾ ਕੋਈ ਨੀ ਥੱਲੇ ਆ ਫਿਰ ਦੱਸਦੇ। ਉਹ ਆਇਆ 84 ਪੌੜੀਆਂ ਥੱਲੇ ਉਤਰ ਕੇ ਤੇ ਗੁਰੂ ਨਾਨਕ ਦੇਵ ਜੀ ਚੜ੍ਹ ਕੇ ਉੱਤੇ ਚਲੇ ਗਏ ਤੇ ਜਾ ਕੇ ਲਾ ਲਿਆ ਚੌਂਕੜਾ ਤੇ ਉਹ ਕਹਿੰਦਾ ਉਹ ਮੈਂ ਤੈਨੂੰ ਪੁੱਛੀ ਜਾਂਦਾ ਤੇਰਾ ਰੱਬ ਕੁਛ ਕਰਦਾ ਵੀ ਕਿ ਨਹੀਂ? ਉਹ ਕਹਿੰਦਾ ਆਹੀ ਕੁਛ ਹੀ ਕਰਦਾ ਜੋ ਕੁਛ ਹੋਇਆ ਹੁਣ। ਉਹ ਕਹਿੰਦਾ ਕੀ ਹੋਇਆ?
ਕਹਿੰਦਾ ਤਰਤੋ ਤਾਜ ਥੱਲੇ ਆ ਗਿਆ ਜ਼ਮੀਨ ਤੇ ਬੈਠਾ ਤੇ ਮੈਂ ਜ਼ਮੀਨ ਤੇ ਬੈਠਾ ਤਰਤੋ ਤਾਜ ਤੇ ਬੈਠਾ ਆਰੰਭ ਕਰ ਦਿਆ ਇਹ ਐਕਟਰਾਂ ਨੂੰ ਤੇ ਲੋਕਾਂ ਨੂੰ ਦੁਨੀਆਂ ਨੂੰ ਵੱਡ ਵਡਿਆਂ ਨੂੰ ਪ੍ਰਧਾਨ ਮੰਤਰੀਆਂ ਨੂੰ ਪ੍ਰੈਜ਼ੀਡੈਂਟ ਨੂੰ ਸਭ ਨਹੀਂ ਆਈ ਕਿ ਉਹਦੀ ਚੱਕਰ ਚੱਲਿਆ ਤੇ ਤੂੰ ਇੱਥੇ ਆਇਆ ਤੇ ਉਹਦਾ ਚੱਕਰ ਚੱਲਿਆ ਤੇ ਤੇਰੀ ਖਾਕ ਤੇ ਕਿਸੇ ਨੂੰ ਥੁੱਕਣਾ ਵੀ ਨਹੀਂ ਗਾ ਇੱਥੇ ਮੁੱਕ ਜਿਹਨੂੰ ਯਾਦ ਮੈਂ ਹਮੇਸ਼ਾ ਯਾਦ ਰੱਖਦਾ ਆਲਵੇਜ਼ ਕਿ ਪਤਾ ਨਹੀਂ ਕਿਹੜੇ ਘੜੀ ਮੌਤ ਆ ਜਾਵਰ ਚੱਕਰ ਸੀ ਵਾਹਿਗੁਰੂ ਕਰਦਾ ਤੁਰਿਆ ਜਾਂਦਾ ਜੇ ਉਸਤਿਆਂ ਦੇ ਜਵਾਬ ਦੇਣ ਲੱਗ ਕੇ ਫਿਰ ਹਾਥੀ ਕਰ ਫਿਲਮ ਲਿਖ ਕੇ 100 ਡਰਾਫਟ ਉਹਦੇ ਆ ਗਏ ਜਦ ਤੱਕ ਮੈਂ ਓਕੇ ਨਹੀਂ ਕਰਦਾ ਹੋਣੀ ਨਹੀਂ ਮਹਾਰਾਜ ਕਰੇ ਅਰਦਾਸ ਕਰੇ ਜਦੋਂ ਫਿਲਮ ਬਣੀ ਨਾ ਤੇ ਸਾਹਮਣੇ ਆਈ ਤੇ ਮਤਲਬ ਯਕੀਨ ਨਾ ਕਹਿੰਦਾ ਨਾ ਕਿ ਦੁਨੀਆਂ ਦੇ ਵਿੱਚ ਅਜਿਹੀ ਫਿਲਮ ਵੀ ਬਣੀ ਯੋਗਰਾਜ ਸਿੰਘ ਤੇ ਯੁਵਰਾਜ ਸਿੰਘ ਦੀ ਕਹਾਣੀ ਹੈ ਤੇ ਯੋਗਰਾਜ ਸਿੰਘ ਦੀ ਬਾਇਓਗ੍ਰਾਫੀ ਹੈ ਕਿਸ ਮਾਂ ਬਾਪ ਦੇ ਘਰੇ ਪੈਦਾ ਹੋਇਆ ਤੇ ਕਿੱਥੋਂ ਆਇਆ ਉਹਦਾ ਅੰਗਰੇਜ਼ੀ 'ਚ ਨਾਂ ਮੇਰੇ ਪੁੱਤਰ ਨੇ ਰੱਖਿਆ ਦ ਮੈਨ ਆਫ ਦੀ ਲੌਂਗੈਸਟ ਆਵਰ ਉਸ ਤੋਂ ਬਾਦ ਤੁਸੀਂ ਦੇਖੋ ਹਿੰਦੁਸਤਾਨ ਦੇ ਵਿੱਚ ਫਿਟਨੈਸ ਦਾ ਕਿੰਨਾ ਸੁਭਰ ਪਿਆ ਬਹੁਤ ਸਾਰੀ ਜਿਹੜੀ ਆਉਣ ਵਾਲੀ ਆਪਣੀ ਪੀੜ੍ਹੀ ਹੈ ਤੁਸੀਂ ਸਾਰੇ ਵੀ ਜਿਮ ਕਰਨ ਲੱਗੇ ਸੀਰੀਅਸਲੀ ਗੱਲ ਕਰ ਰਹੇ ਸ਼ਾਇਦ ਕਈ ਵਾਰੀ ਗੱਲ ਮੇਰੀ ਮਜ਼ਾਕ ਚਲੀ ਜਾਂਦੀ ਹੈ ਅਸੀਂ ਬੈਠੇ ਸੀਗੇ ਕੈਨੇਡਾ ਤੇ ਗੱਲ ਚੱਲ ਰਹੀ ਸੀ ਤੇ ਮੈਨੂੰ ਪ੍ਰੋਡਿਊਸਰ ਨੇ ਆ ਕੇ ਕਿਹਾ ਕਹਿੰਦੇ ਬਾਈ ਜੀ ਅਜੇ ਵੀ ਕਿਆ ਚਿਹਰੇ ਤੇ ਨੂਰ ਹੈ ਗੱਲ ਕੀ ਹੈ ਮੈਂ ਯਾਰ ਮਹਾਰਾਜ ਦੀ ਕਿਰਪਾ ਚੌਂਕੜਾ ਮਹਾਰਾਜ ਹੋ ਗਿਆ ਚੌਂਕ ਘੰਟੇ ਦਾ ਉਹਦੀ ਕਿਰਪਾ ਗਲਤ ਗੱਲ ਦੱਸੋ ਉਹ ਕਹਿਣ ਲੱਗੇ ਵੀ ਜੇ ਹਾਲੀਵੁੱਡ ਦੇ ਵਿੱਚ 70 ਸਾਲ ਦਾ ਬੰਦਾ ਹੀਰੋ ਆ ਸਕਦਾ ਪਰ ਮੰਦਰ ਉਹੀ 60 ਸਾਲ ਦੇ ਹੀਰੋ ਰਹੇ ਆ ਤੇ ਤੁਸੀਂ ਕਦੇ ਇਸ ਬਾਰੇ ਸੋਚਿਆ ਮੈਂ ਕਿਹਾ ਸੋਚਦਾ ਤਾਂ ਬਹੁਤ ਆ ਫਿਰ ਮੈਨੂੰ ਐਂ ਲੱਗਦਾ ਵੀ ਲੋਕੀ ਮਜ਼ਾਕ ਨਾ ਕਰਨ ਉਹਨੇ ਜੀ ਕਹਾਣੀ ਲਿਖੀ ਉਹ ਕਹਿੰਦੇ ਜੀ ਅਸੀਂ ਦਾੜੀ ਥੋੜ੍ਹੀ ਛੋਟੀ ਛੋਟੀ ਕੱਟ ਕੇ ਛੋਟੀ ਛੋਟੀ ਮੁੱਛਾਂ ਕਰਕੇ ਮੇਰੀ ਪੇਂਟਿੰਗ ਬਣਾਈ ਸੀ ਵਾਲ ਪਿੱਛੇ ਨੂੰ ਥੋੜ੍ਹੇ ਲੰਬੇ ਕੀਤੇ ਗੱਲ ਮੁੰਦਰਾ ਪਾਤੀਆਂ ਚਾਦਰਾ ਕੁੜਤਾ ਪੇਂਟਿੰਗ ਮੇਰੇ ਕੋਲ ਪਈ ਹੈ ਮੈਂ ਰਿਲੀਜ਼ ਨਹੀਂ ਕੀਤੀ ਇਹਦੀ ਕਰੂੰਗਾ ਜਦ ਟਾਈਮ ਹੋਊਗਾ ਜਦੋਂ ਪੇਂਟਿੰਗ ਵੱਲ ਦੇਖਿਆ ਤਾਂ ਉਹ ਬੰਦੇ ਨੇ ਮੈਨੂੰ ਕਿਹਾ ਕਹਿੰਦਾ ਇਹ ਬੰਦਾ ਕਿਹੜੇ ਹੀਰੋ ਤੋਂ ਘੱਟ ਲੱਗਦਾ ਮੈਂ ਕਿਹਾ ਜੇ ਤੇਰੀ ਸੋਚ ਇਹੋ ਜਿਹੀ ਹੈ ਸੋਚ ਮੇਰੀ ਵੀ ਇਹੋ ਜਿਹੀ ਹੈ ਅਤੇ ਆਪਾਂ ਓਨੈਸਟਲੀ ਕੰਮ ਕਰਦੇ ਹਾਂ ਪਰ ਇੱਕ ਵਾਰੀ ਮੈਂ ਜਨਤਾ ਤੋਂ ਪੁੱਛ ਤਾਂ ਲਵਾਂ ਕਿ ਤੂੰ ਲੋਕ ਕਹਿਣ ਦਾ ਦਿਮਾਗ ਖਰਾਬ ਹੋ ਗਿਆ ਤੇ ਲੋਕ ਬੜੀ ਛੇਤੀ ਤੂੰ ਤੇ ਮੈਂ ਤਾਂ ਉਹ ਗੱਲ ਕਰਨੀ ਸ਼ੁਰੂ ਕੀਤੀ ਮੈਂ ਤੁਹਾਡਾ ਕੀ ਵਿਚਾਰ ਲੋਕਾਂ ਦੇ ਬਹੁਤ ਜਿਹੜੇ ਨੇ ਅਰਮਾਨ ਹੈਗੇ ਨੇ ਮੋੜੇ ਮਾਵਾਂ ਕਿਹੜੀ ਹੀਰੋਇਨ ਹੋਊਗੀ ਕਿਹੜੀ ਨਹੀਂ ਹੋਊਗੀ ਪਰ ਮੈਂ ਬਿਲੀਵ ਕਰਦਾ ਕਿ ਇੱਕ ਰੋਮਾਂਟਿਕ ਫਿਲਮ ਰੋਮਾਂਸ ਕੀ ਹੁੰਦਾ ਬਾਈ ਜੀ ਇਹ ਨਾ ਇੱਕ ਰੱਬ ਦੀ ਇਬਾਦਤ ਹੈ ਜਿਹੜੀ ਸਕਰੀਨ 'ਤੇ ਦਿਖਾਈ ਜਾਂਦੀ ਹੈ ਕਿ ਤੁਹਾਡੇ ਵਾਸਤੇ ਔਰਤ ਜੀ ਤੁਸੀਂ ਪਿਆਰ ਕਰਦੇ ਹੋ ਮਾਂ ਦੇ ਰੂਪ 'ਚ ਆਪਣੀ ਬੀਵੀ ਦੇ ਰੂਪ 'ਚ ਆਪਣੀ ਭੈਣ ਦੇ ਰੂਪ 'ਚ ਆਪਣੀ ਬੇਟੀ ਦੇ ਰੂਪ 'ਚ ਕਿ ਤੁਹਾਡੀ ਮੁਹੱਬਤ ਕੀ ਹੈ ਕਹਾਣੀ ਉਹ ਉਸ ਬੰਦੇ ਦੀ 60 ਸਾਲ ਦਾ ਪੰਜਾਬ ਤੋਂ ਆਇਆ ਜਿਹੜੀ ਪ੍ਰੋਡਿਊਸਰ ਨੂੰ ਪਸੰਦ ਆਊਗੀ ਡਾਇਰੈਕਟਰ ਨੂੰ ਪਸੰਦ ਆਊਗੀ ਮੈਂ ਕਿਸੇ ਨਾਲ ਡਿਫਰੈਂਸ਼ੀਏਟ ਨਹੀਂ ਕਰ ਸਕਦਾ ਪਰ ਇੰਨਾ ਜ਼ਰੂਰ ਹੈ ਕਿ ਅਸੀਂ ਆਲਰੇਡੀ ਲੜਕੀ ਲੱਭ ਵੀ ਲਈ ਉਹ ਕਹਿੰਦਾ ਨਹੀਂ ਕਿਉਂਕਿ ਸਾਨੂੰ ਉਹੀ ਫੇਸ ਚਾਹੀਦਾ ਸੀ ਜਿਵੇਂ ਤੁਸੀਂ ਮਨੋਜ ਕੁਮਾਰ ਦੀ ਫਿਲਮ ਪੂਰੇ ਪੱਛਮ ਦੇ ਕੀ ਹੋ ਗਈ ਸਾਰਾ ਮਾਨੂ ਜੀ ਉਹਦੇ ਜੋ ਕੈਰੈਕਟਰ ਨੇ ਉਹ ਤਾਂ ਦਾਇਕ ਹਨ ਪਰ ਜੱਟ ਹੈ ਉਹਦਾ ਕੁਛ ਨਹੀਂ ਕਿਉਂਕਿ ਉਹਨੂੰ ਪੰਜਾਬੀ ਨਹੀਂ ਆਉਂਦੀ ਸੋ ਦੋ ਬੰਦਿਆਂ ਦੀ ਕਹਾਣੀ ਮਹਾਰਾਜ ਕਰੇ ਕਿਆ ਫਿਲਮ ਹੁਣ ਸ਼ੁਰੂ ਹੋਣ ਵਾਲੀ ਹੈ ਸਪਟੰਬਰ ਦੇ ਵਿੱਚ ਤੇ ਬਣਾ ਕੇ ਆਪਾਂ ਪੇਸ਼ ਕਰੀਏ ਗੱਲ ਕੁਐਸਚਨ ਹੀਰੋ ਆਉਣ ਦੀ ਨਹੀਂ ਹੈ ਕੁਐਸਚਨ ਇਹ ਕਿ ਮੈਂ ਕੁਛ ਡੈਂਸਿਟੀ ਜਿਹੜੀ ਹੈਗੀ ਹੈ ਪੰਜਾਬੀ ਫਿਲਮ ਦੀ ਬਣਾ ਚਾਹੀਦੀ ਹੈ ਕੁਛ ਪ੍ਰਫੁੱਲਤ ਹੋਣੀ ਚਾਹੀਦੀ ਹੈ ਇਹ ਜ਼ਰੂਰੀ ਨਹੀਂ ਹੈ ਕਿ ਸਾਡੇ ਕੋਲ 5 ਹੀਰੋ ਨੇ 5 ਹੀਰੋ ਦੇ ਨਾਲ ਹੀ ਸਾਰਾ ਕੁਛ ਆਪਣਾ ਤਾਮ ਜਾਮ ਚੱਲ ਰਿਹਾ ਮੈਂ ਚਾਹੁੰਦਾ ਕੁਛ ਇਹੋ ਜਿਹੇ ਕੈਰੈਕਟਰਸ ਬਣਨ
ਹੀਰੋ ਕੀ ਹੁੰਦਾ? ਜਿਹੜਾ ਮੇਨ ਕਿਰਦਾਰ ਹੁੰਦਾ ਹੀਰੋ ਹੁੰਦਾ, ਠੀਕ ਹੈ? ਚਾਰ ਗਾਣੇ ਗਾਉਣਾ, ਚਾਰ ਡਾਇਲਰ ਬੋਲਣਾ ਹੀਰੋ ਨਹੀਂ ਬਣਦਾ। ਸੋ ਉਹ ਚੀਜ਼ ਮੇਰੇ ਜ਼ਹਿਨ 'ਚ ਸੀ ਕਿ ਹੋਣਾ ਚਾਹੀਦਾ, ਏਦਾਂ ਦੀ ਉਹਦੀ ਲੁੱਕ ਹੋਣੀ ਚਾਹੀਦੀ, ਏਦਾਂ ਦੀ ਉਹਦੀ ਬਿਊਟੀ ਹੋਣੀ ਚਾਹੀਦੀ। ਸੋ ਮਹਾਰਾਜ ਕਰੇ ਤੁਸੀਂ ਅਰਦਾਸ ਕਰਿਓ, ਆਪਾਂ ਆਉਣ ਵਾਲਾ ਕੁਛ ਬਦਲ ਸਕੀਏ। ਜੀ ਯੁਵਰਾਜ ਜੀ, ਤੁਸੀਂ ਅਤੇ ਰਿੱਕੀ ਜੀ ਐਵਰੀ ਬਡੀ, ਤੁਸੀਂ ਹੁਣੇ ਸੁਣਿਆ ਨਹੀਂ ਮੈਂ ਕੀ ਕਿਹਾ? ਮਹਾਰਾਜ ਸਭ ਨੂੰ ਤੌਫੀਕ ਬਖਸ਼ੇ, ਔਰ ਰੱਬ ਕਰੇ ਇਸ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ 100 ਹੀਰੋ ਹੋਣ, ਔਰ ਕੰਪੀਟੀਸ਼ਨ ਇੰਨਾ ਵਧੇ ਕਿ ਆਪਾਂ ਫਿਲਮਾਂ ਨੂੰ ਮਾਰ ਦੇਣਾ ਚਾਹੀਦਾ। ਗਲਤ ਫੇਰ ਉੱਥੇ ਲੈ ਗਿਆ ਤੁਸੀਂ, ਮੌੜ ਪਿਕਚਰ ਲੱਗੀ, ਲੈ ਜੋਨ ਮੌੜ ਨਾਲ ਨਾਲ ਉਹ ਗੁੱਗੂ ਦੀ ਪੁਰਾਣੀ ਪਿਕਚਰ, ਇਹਨੂੰ ਪੁੱਛੇ ਤੁਸੀਂ ਗਾਉਣੇ ਹੋਏ, ਮੈਂ ਠੀਕ ਹੈ। ਇਹ ਕੀ ਕੀਤਾ ਤੁਸੀਂ? ਸਿਰਫ ਜੋ ਫਿਲਮ ਫਲੋਪ ਹੋ ਜਾਏ ਇਸ ਕਰਕੇ ਫਿਲਮ ਲਾਤੀ? ਆਹ ਇਕਬਾਲ ਸਿੰਘ ਢਿੱਲੋਂ ਨੇ, ਇਹੋ ਜਿਹੇ ਬੰਦੇ ਸਾਡੀ ਇੰਡਸਟਰੀ 'ਚ ਆਉਂਦੇ ਆ ਵੀ ਧੀਏ ਤੇਰੀ ਫਿਲਮ ਲੱਗਣੀ ਹੈ ਨਾ, ਅਤੇ ਮੈਨੂੰ ਨਾ ਮਹੀਨਾ ਪਹਿਲਾਂ ਬੁਖਾਰ ਚੜ੍ਹ ਜਾਣਾ ਵੀ ਮੈਂ ਇਹਦੀ ਫਿਰ ਫੇਲ ਕਿਵੇਂ ਹੋ। ਫਿਰ ਕਿਸੇ ਨੇ ਕਹਿਣਾ ਭਾਈ ਜੇ ਤੂੰ ਆਹ ਟੂਣਾ ਕਰਦੇ ਫੇਲ ਹੋ ਜਾਊ, ਫਿਰ ਮੈਂ ਦੇਖੀਏ ਅਤੇ ਉਸ ਪੱਧਰ 'ਤੇ ਆ ਜਾਈਏ। ਹੁਣ ਮੀਡੀਆ ਦੀ ਗੱਲ ਮੈਂ ਕਰਨਾ ਨਹੀਂ ਚਾਹੁੰਦਾ, ਇਹ ਦੇਸ਼ ਦਾ ਹਾਲ ਕਿਵੇਂ ਤੁਹਾਨੂੰ ਚੱਕ ਜਿਹੜਾ ਆਪਣੀ ਆਪਣੀ ਇੱਥੇ ਜਿਹੜਾ ਬੰਦਾ ਵਿਕਦਾ ਨਾ, ਬੰਦਾ ਕਮਜ਼ੋਰ ਪਤਾ ਕਿਉਂ ਵੜਦਾ? ਧੀਏ ਜਦੋਂ ਵਿਆਹ ਹੋ ਜਾਂਦਾ ਫਿਰ ਤਾਂ ਬੱਚੇ ਹੋ ਜਾਂਦੇ, ਮੇਰੇ ਘਰ ਦੇ ਵੀ ਕਹਿੰਦੇ ਉਹ ਮੂਰਖਾ ਕਿਉਂ ਤੂੰ ਬੋਲਣਾ, ਕੀ ਤੂੰ ਲੈਣਾ ਕੁਛ ਖੰਗਾ ਕਰਿਆ ਕਰ, ਖਾਓ ਤਰ ਕੇ ਚਲੋ। ਮੈਂ ਤਾਂ ਅਗਲੇ ਜਨਮ 'ਚ ਪਤਾ ਨਹੀਂ ਮੈਂ ਕੀ ਬਣਨਾ, ਇਸ ਜਨਮ 'ਚ ਮੈਂ ਤੁਹਾਡੀ ਸਿੱਖਿਆ ਲੈ ਕੇ ਕੰਮ ਨਹੀਂ ਕਰਨਾ। ਤੂੰ ਕੋਈ ਬਕਵਾਸ ਕਰ, ਮੈਂ ਰੋਟੀ ਦੇਣੀ ਹੈ, 18 ਘੰਟੇ ਕੰਮ ਕਰਨਾ, ਮੈਨੂੰ ਪੈਸੇ ਮਿਲਣੇ, ਮੈਂ ਅੱਜ ਵੀ ਬੁੱਢਾ ਆਪਣੇ ਬੱਚਿਆਂ ਲਈ ਕਮਾਉਣਾ। ਆਹ ਪੁੱਛੋ ਮੁੰਡਾ ਮੇਰਾ, ਮੈਂ ਹੁਣ ਕਹਿ ਤਾ ਡੈਡ ਪੈਗਾ ਚੱਕਦਾ ਹੈ, ਆ ਬੀੜਾ ਚੱਕ, ਮੈਂ ਜ਼ਹਿਰ ਨਹੀਂ ਪੀਤੀ ਆਪਣੇ ਘਰ 'ਚ, ਇਸ ਕਰਕੇ ਮੇਰਾ ਪਰਿਵਾਰ ਮੈਨੂੰ ਘੁੱਟ ਕੇ ਜੰਮ ਕਰਦਾ। ਕੋਈ ਸ਼ਹਿਰ ਦੁਨੀਆਂ 'ਚ ਨਹੀਂ ਬਣੀ ਬਾਬਾ ਦੀਪ ਸਿੰਘ ਜੀ ਦਾ ਥਾਂਬੜਾ ਗੁਰੂ ਘਰ ਦਾ, ਜਿਹੜੀ ਯੋਗਰਾਜ ਦਾ ਮਾਣ ਖਰੀਦ ਸਕੇ, ਭਾਵਾਂ 10,000-20 ਕਰੋੜ ਮੈਨੂੰ ਆਹ ਚੰਗੇ ਜਿਹਨਾਂ ਪਿੱਛੇ ਮੈਂ ਮਰ ਸਕਾਂ, ਜਿਹਨਾਂ ਨੂੰ ਪਿਆਰ ਕਰ ਸਕਾਂ। ਡਾਕਟਰ ਜੀ ਥੈਂਕ ਯੂ ਸਰ, ਠੀਕ ਹੈ ਜੀ, ਧੰਨਵਾਦ ਬਹੁਤ ਬਹੁਤ। ਉੱਚੀ ਨੀਵੀ ਕੋਈ ਗੱਲ ਕਰਦੀ ਹੋਵੇ, ਕੋਈ ਗਲਤੀ ਹੋਵੇ, ਮੈਨੂੰ ਆਪਣਾ ਛੋਟਾ ਸਮਝ ਕੇ ਮਾਫ਼ ਕਰ ਦਿਓ ਪਲੀਜ਼, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ।